ਤੁਸੀਂ ਸਬਸਕ੍ਰਾਈਬ ਕਰੋ ਇਸ MHONE ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੈਂਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਅਦਾਬ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਸਾਰਿਆਂ ਨੂੰ ਲੈ ਕੇ ਹਾਜ਼ਰ ਹੋ ਚੁੱਕਿਆ ਤੁਹਾਡੇ ਸਾਰਿਆਂ ਦਾ ਮਨ ਪਸੰਦੀਦਾ ਸ਼ੋਅ। ਸ਼ੋਅ ਦਾ ਨਾਮ ਹੈ, ਮਾੜਾ ਜਿਹਾ ਫਗਵਾੜੇ ਤੱਕ ਬਹੁਤ ਵਧੀਆ। ਜੇ ਮੈਂ ਗੱਲ ਕੀਤੀ ਜੀ ਫਗਵਾੜੇ ਦੀ, ਤਾਂ ਮੈਂ ਅੱਜ ਹੈਗਾ ਜੀ ਫਗਵਾੜੇ ਤੋਂ ਦੂਰ, ਬਹੁਤ ਘੈਂਟ ਸ਼ਹਿਰ ਸਾਡੇ ਪੰਜਾਬ ਦਾ, ਸ਼ਹਿਰ ਦਾ ਨਾਮ ਹੈ ਜੀ ਜਲੰਧਰ। ਔਰ ਜਿੰਨਾ ਸੋਹਣਾ ਸ਼ਹਿਰ, ਓਨਾ ਹੀ ਸੋਹਣਾ ਕਾਲਜ ਤੁਹਾਡਾ। ਜ਼ੋਰਦਾਰ ਤਾੜੀਆਂ। KMV ਕਾਲਜ, ਕੰਨਿਆ ਮਹਾਵਿਦਿਆਲਿਆ ਜਲੰਧਰ ਦਾ, ਇਕੱਲੇ ਜਲੰਧਰ ਦਾ ਨਹੀਂ, ਇਕੱਲੇ ਪੰਜਾਬ ਦਾ ਨਹੀਂ, ਨੌਰਥ ਇੰਡੀਆ ਦਾ ਸਭ ਤੋਂ ਪੁਰਾਣਾ ਕਾਲਜ। ਔਰ ਮੈਨੂੰ ਮੈਡਮ ਨੇ ਦੱਸਿਆ ਕਿ ਤਕਰੀਬਨ 100 ਸਾਲ ਤੋਂ ਉੱਤੇ ਹੋ ਗਏ ਨੇ ਇਸ ਕਾਲਜ ਨੂੰ ਚੱਲਦਿਆਂ। ਹਾਂਜੀ, 134 ਸਾਲ ਹੋ ਗਏ ਨੇ। ਸੋ ਤੁਸੀਂ ਬਹੁਤ ਵਧੀਆ ਕਾਲਜ ਪੜ੍ਹਦੇ ਹੋ, ਤੁਹਾਡੇ ਘਰਦਿਆਂ ਨੇ ਤੁਹਾਨੂੰ ਬਹੁਤ ਵਧੀਆ ਥਾਂ ਪੜ੍ਹਾਇਆ, ਔਰ ਮੇਰੀ ਦਿਲੋਂ ਇਹ ਅਰਦਾਸ ਹੈ ਕਿ ਤੁਸੀਂ ਵੱਧ ਕੇ ਚੰਗੇ ਨੰਬਰ ਲੈ ਕੇ ਚੰਗੇ ਅਫਸਰ ਬਣੋ। ਜ਼ੋਰਦਾਰ ਤਾੜੀਆਂ ਆਪਣੇ ਲਈ। ਸੋ ਅੱਜ ਦਾ ਸਾਡਾ ਕੰਟੀਨੀ ਮੰਡੀਰ ਸਪੈਸ਼ਲ ਹੈ ਜੀ। ਕੰਟੀਨੀ ਮੰਡੀਰ ਇਜ਼ ਬਰੋਟ ਟੂ ਯੂ ਬਾਏ ਪ੍ਰੋਇਸ। ਸਾਨੂੰ ਬਹੁਤ ਖੁਸ਼ੀ ਹੈ ਕਿ ਪ੍ਰੋਇਸ ਸਪੌਂਸਰ ਸਾਡੇ ਨਾਲ ਜੁੜੇ ਨੇ, ਇਸੇ ਕਰਕੇ ਮੈਂ ਪਰਪਲ ਰੰਗ ਵੀ ਪਾਇਆ। ਸੋ ਗੱਲ ਹੈ ਤਾਂ ਵੀ ਰੈਗੂਲਰ ਲਾਈਫ, ਤੁਹਾਨੂੰ ਸਾਰਿਆਂ ਨੂੰ ਪਤਾ ਵੀ ਅਸੀਂ ਸਵੇਰੇ ਉੱਠਦੇ ਹਾਂ ਅਤੇ ਸ਼ਾਮ ਨੂੰ ਆਪਣਾ ਕੰਮ ਧੰਦਾ ਕਰਕੇ ਰਾਤ ਨੂੰ ਸੋਂਦੇ ਹਾਂ, ਉਹੀ ਕੰਮ ਜਿਹੜੇ ਬੱਚੇ ਪੜ੍ਹਦੇ ਆ ਉਹ ਪੜ੍ਹਨ ਵਾਲੇ। ਪਰ ਜਦੋਂ ਗੱਲ ਹੁੰਦੀ ਹੈ ਜੀ ਐਕਸਲ ਲਾਈਫ ਦੀ, ਤਾਂ ਫਿਰ ਗੱਲ ਹੁੰਦੀ ਹੈ ਜੀ ਨੋ ਕੰਪਰੋਮਾਈਜ਼ ਵਾਲੀ ਲਾਈਫ ਦੀ ਗੱਲ, ਆਪਣੇ ਪੈਸ਼ਨ ਨੂੰ ਫੋਲੋ ਕਰਨ ਦੀ ਗੱਲ ਅਤੇ ਖੁੱਲ੍ਹ ਕੇ ਜੀਣ ਦੀ ਗੱਲ। ਚਲੋ ਜੀ, ਅੱਜ ਐਕਸਲ ਲਾਈਫ ਦੀ ਗੱਲ ਹੋਏਗੀ, ਪ੍ਰੋ ਇਜ਼ ਗੋ ਐਕਸਲ ਦੇ ਨਾਲ, ਕਿਉਂਕਿ ਪ੍ਰੋ ਇਜ਼ ਐਕਸਲ ਹੈਗਾ ਜੀ ਰੈਗੂਲਰ ਤੋਂ ਬੈਟਰ। ਸੋ ਸਭ ਤੋਂ ਪਹਿਲਾਂ ਬੁਲਾਉਂਦੇ ਆ ਜੀ, ਇਹ ਭਾਈ ਮਾਰਿਆ ਸੀ ਰੱਟਾ, ਸੋ ਹੁਣ ਔਖਾ ਹੋ ਗਿਆ। ਆ ਜਾਓ, ਸ਼ਾਬਾਸ਼। ਵਾਹ ਬਈ ਵਾਹ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਫਸਟਲੀ ਹੈ ਜੀ, ਫਸਟਲੀ ਵੈਲਕਮ ਟੂ ਅਵਰ ਕਾਲਜ ਸਰ। ਹਾਂਜੀ, ਥੈਂਕ ਯੂ ਸੋ ਮਚ, ਥੈਂਕ ਯੂ ਥੈਂਕ ਯੂ। What is your name? My name is Gurpreet Kaur. Gurpreet Kaur, from where? From Jalandhar. From Jalandhar? Yes. Okay. Jalandhar is a nice city. Yes, very, very nice. Where is your nanke? My nanke, Plath. Plath. Yes. Like in English, Bulat. Yes. Yeah. Bulat. Sare pulle log Bulat bulle. Bulat. So Bulat, nanke. Like your mother's mother. Yes. Yeah, nani. Nani. Yeah. ਕੌਣ ਕੌਣ ਹੈ ਫੈਮਿਲੀ ਮੈਂਬਰ ਉੱਥੇ ਨਾਨਕੇ? ਭੁਲੱਥ ਕੌਣ ਕੌਣ ਰਹਿੰਦੇ ਨੇ? ਹਜੇ ਤੱਕ ਤਾਂ ਕੋਈ ਵੀ ਨਹੀਂ ਹੈ, ਮਾਮੇ ਆ ਉਹ ਬਾਹਰ ਹੈ। ਅੱਛਾ, ਮਾਮਾ ਜੀ ਨੇ? ਉਹ ਬਾਹਰ ਹੈ। ਅੱਛਾ, ਉਹ ਕਿੱਥੇ ਨੇ? ਬਾਹਰ ਹੈ, ਇੰਗਲੈਂਡ ਹੈ। ਇੰਗਲੈਂਡ ਹੈ ਯੇ ਮਾਮਾ? ਯੇ ਕਿਹੜੀ ਜਗ੍ਹਾ ਨੇ ਮਾਮਾ ਜੀ? ਸਾਊਥ ਹੋਲ। ਉੱਥੇ ਤਾਂ ਬਹੁਤ ਪੰਜਾਬੀ ਵੱਸਦੇ ਨੇ। ਹਾਂਜੀ ਹਾਂਜੀ। ਵਾਹ, ਕਿੰਨੇ ਮਾਮਾ ਜੀ ਨੇ ਤੁਹਾਡੇ? ਇੱਕ। ਅੱਛਾ, ਇੱਕੋ ਹੀ ਨੇ? ਹਾਂਜੀ। ਵਿਆਹੇ ਗਏ? ਵਿਆਹੇ ਗਏ। ਅੱਛਾ, ਕਿੰਨੀਆਂ ਮਾਮੀਆਂ ਹੋਈਆਂ ਫਿਰ? ਇੱਕ। ਮਜ਼ਾਕ ਇੱਕ ਪਾਸੇ, ਇੱਕੋ ਮਾਮਾ ਜੀ ਤੇ ਇੱਕੋ ਮਾਮੀ ਜੀ। ਹਾਂਜੀ, ਬਹੁਤ ਵਧੀਆ ਬਹੁਤ ਵਧੀਆ। ਹੁਣ ਕਿੰਨੇ ਸਾਲ ਬਾਅਦ ਆਉਂਦੇ ਫਿਰ? 10 ਸਾਲ ਬਾਅਦ ਫਸਟ ਟਾਈਮ ਆਏ ਆ। ਕਿੱਦਾਂ ਬੋਲਦੇ ਸੀ ਜਾਂ ਕਰਦੇ ਸੀ? ਇੰਡੀਅਨ ਹੀ ਹੈ। ਇਹ ਤਾਂ ਨਹੀਂ ਕਹਿੰਦੇ ਸਾਨੂੰ ਬਿਸਲੇਰੀ ਵਾਟਰ ਚਾਹੀਦਾ? ਸੁਣਾਓਗੇ ਕੀ ਸਾਨੂੰ? ਮੈਂ ਤੁਹਾਡੇ ਕੋਲ ਸੁਣਾਈ ਆ ਅੱਜ। ਅੱਛਾ, ਮੇਰੇ ਕੋਲ ਆਇਓ। ਪਹਿਲਾ ਬੱਚਾ ਹੀ ਬਹੁਤ ਤੇਜ਼ ਹੈ। ਵਾਹ ਜੀ ਵਾਹ। ਅੱਛਾ, ਤੁਹਾਡੀ ਜ਼ਿੰਦਗੀ ਦਾ ਹੁਣ ਤੱਕ ਦਾ ਕੋਈ ਖੁਸ਼ੀ ਵਾਲਾ ਪਲ, ਹੈਪੀ ਮੂਮੈਂਟ ਤੁਹਾਡੀ ਜ਼ਿੰਦਗੀ? ਰੋਜ਼ ਦੇ ਕੋਈ ਵੀ ਦੱਸੋ ਕਿਹੜਾ? ਰੋਜ਼ ਦੇ ਫਰੈਂਡਸ ਨਾਲ ਮਸਤੀ ਕਰਨੀ, ਪੜ੍ਹਨਾ। ਪੜ੍ਹਨਾ ਵੀ ਹੈ? ਹਾਂਜੀ। ਵਾਹ ਵਾਹ, ਜ਼ਰੂਰ ਜ਼ਰੂਰ, ਤੁਹਾਡੇ ਅਗਲੇ ਪੜ੍ਹ ਕੇ ਤਾਂ ਬੰਦਾ ਹੈ ਕੁਝ। ਹਾਂ, ਗੋਡ ਬਲੈਸ ਯੂ, ਥੈਂਕ ਯੂ ਸੋ ਮਚ। ਅਗਲਾ ਬੱਚਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਜੀ? ਅੱਛਾ, ਨਾਲ ਆਏ ਜੀ। ਅੱਛਾ, ਖੜੋ ਜੀ। ਹੋਰ ਵੀ ਆ ਰਿਹਾ ਕੋਈ? ਨਹੀਂ ਜੀ, ਬਸ ਅਸੀਂ। ਅੱਛਾ, ਕੀ ਨਾਮ ਹੈ ਤੁਹਾਡਾ? ਪ੍ਰਦੀਪ ਕੌਰ। ਪ੍ਰਦੀਪ ਜੀ, ਤੁਹਾਡਾ ਜੀ? ਸਿਮਰਨਜੀਤ ਕੌਰ। ਸਿਮਰਨਜੀਤ ਕੌਰ, ਵਾਹ ਜੀ ਵਾਹ, ਬਹੁਤ ਸੋਹਣੇ ਨਾਮ ਤੁਹਾਡੇ। ਕਿੱਥੋਂ? ਕਰਤਾਰਪੁਰ ਤੋਂ, ਮੈਂ ਜਲੰਧਰ ਜ਼ਿਲ੍ਹਾ ਹੀ ਪੈ ਜਾਂਦਾ। ਹਾਂਜੀ ਹਾਂਜੀ, ਜਲੰਧਰ ਤੋਂ ਗਾਂ ਕਰਤਾਰਪੁਰ। ਹਾਂਜੀ, ਇੱਥੇ ਤੁਹਾਡਾ ਉਹ ਕਿੱਧਰ? ਅੱਛਾ, ਇੱਧਰ। ਹਾਂ ਸਰ, ਇੱਧਰ ਜੀ ਜੀ, ਇੱਧਰ। ਉਹ ਗਰਾਊਂਡ ਤੁਹਾਡਾ ਇੱਦਾਂ ਇਹਨੂੰ ਆ ਗਿਆ ਨਾ, ਫਰਨੀਚਰ ਬਹੁਤ ਮਸ਼ਹੂਰ ਹੈ ਉੱਥੋਂ। ਬਿਲਕੁਲ ਜੀ। ਓਕੇ। ਤੁਸੀਂ ਕਿੱਥੋਂ ਜੀ? ਕਰਤਾਰਪੁਰ। ਤੁਸੀਂ ਵੀ ਕਰਤਾਰਪੁਰ ਤੋਂ? ਘਰ ਬਾਰ ਕੌਣ ਕੌਣ ਜੀ ਪਰਿਵਾਰ 'ਚ?
ਮੰਮੀ ਪਾਪਾ ਵੱਡੇ ਸਿਸਟਰ ਨੇ ਛੋਟਾ ਬ੍ਰਦਰ ਹੈ ਤਾਈ ਤਾਇਆ ਜੀ ਜੁਆਇੰਟ ਫੈਮਿਲੀ ਵਾਹ ਜੀ ਵਾਹ ਵਾਹ ਡੈਡੀ ਕੀ ਕਰਦੇ ਨੇ ਜੀ ਖੇਤੀਬਾੜੀ ਬਹੁਤ ਅੱਛੇ ਆਪਣਾ ਕੰਮ ਵਾਹ ਵਾਹ ਅੰਨਦਾਤਾ ਜੇ ਅਸੀਂ ਰੋਟੀ ਖਾਂਦੇ ਹਾਂ ਤਾਂ ਅੰਨਦਾਤਾ ਕਰਕੇ ਜ਼ੋਰਦਾਰ ਤਾੜੀਆਂ ਕਿਸਾਨ ਭਰਾਵਾਂ ਤੁਹਾਡੇ ਫਾਦਰ ਸਾਹਿਬ ਜੀ ਖੇਤੀਬਾੜੀ ਕਰਦੇ ਬਹੁਤ ਵਧੀਆ ਚੰਗੇ ਪਰਿਵਾਰ ਤੋਂ ਚੰਗੀਆਂ ਕੁੜੀਆਂ ਬਹੁਤ ਸ਼ੁਕਰੀਆ ਸੰਸਕਾਰੀ ਕੁੜੀਆਂ ਬਹੁਤ ਵਧੀਆ ਬਹੁਤ ਸ਼ੁਕਰੀਆ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਸੂਟ ਪਾ ਕੇ ਕੁੜੀਆਂ ਆਉਂਦੀਆਂ ਨੇ ਬਹੁਤ ਵਧੀਆ ਕੀ ਸੁਣਾਓਗੇ ਜੀ ਜੇ ਸੂਟਾਂ ਦੀ ਗੱਲ ਕੀਤੀ ਹੈ ਫਿਰ ਬੋਲੀ ਚਲੋ ਬੋਲੀ ਪਾਓ ਬੱਖੀਆਂ ਤੋਂ ਤਾਂ ਕੁੜਤੀ ਸਵਾਈ ਬੱਖੀਆਂ ਤੋਂ ਤਾਂ ਕੁੜਤੀ ਸਵਾਈ ਫੁੱਲ ਡੁੱਲੀਆਂ ਸਲਵਾਰਾਂ ਘੇਰਾ ਪਾਣੀ ਤੇ ਨੱਚ ਨੀ ਤੋਂ ਆਪੇ ਦੀਆਂ ਨਾਰਾਂ ਘੇਰਾ ਬਹੁਤ ਵਧੀਆ ਬਹੁਤ ਵਧੀਆ ਮਾਝਾ ਮਾਲਵਾ ਤੇ ਇਹ ਦੁਆਬਾ ਹਨਾ ਹਾਂਜੀ ਇਹ ਦੁਆਬੇ ਦੀਆਂ ਜੱਟੀਆਂ ਬਹੁਤ ਵਧੀਆ ਹੋਰ ਕੀ ਸ਼ੌਂਕ ਨੇ ਜੀ ਏਮ ਕੀ ਹੈ ਤੁਹਾਡਾ ਟੀਚਿੰਗ ਲਾਈਨ ਪੜਾਉਣਾ ਜੀ ਹਾਂਜੀ ਤੇ ਤੁਸੀਂ ਇੱਥੇ ਕੀ ਪੜ੍ਹ ਰਹੇ ਹੋ ਜੀ ਮੈਂ ਐਮਏ ਪੰਜਾਬੀ ਕਰ ਰਹੀ ਹਾਂ ਓਕੇ ਪੰਜਾਬੀ ਹਾਂਜੀ ਵਾਹ ਜੀ ਵਾਹ ਤੁਸੀਂ ਵੀ ਸੇਮ ਮੈਂ ਫੈਸ਼ਨ ਡਿਜ਼ਾਈਨਰ ਬਣਨਾ ਚਾਹੁੰਦੀ ਹਾਂ ਵਾਹ 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 ਬਹੁਤ ਵਧੀਆ ਤੁਹਾਡਾ ਇੰਟਰਸਟ ਹੋਣਾ ਇੱਧਰ ਲਹਿੰਗੇ ਲਹਿੰਗੇ ਹੋ ਗਏ ਹੋਰ ਕੀ ਕਈ ਕੁਛ ਹੁੰਦਾ ਕੁੜੀਆਂ ਦਾ ਸੂਟਾਂ ਸਾਡਾ ਕੁੜੀਆਂ ਦਾ ਤਾਂ ਹੁੰਦੇ ਕੰਮ ਸੂਟਾਂ ਦਾ ਹਾਂਜੀ ਬਹੁਤ ਵਧੀਆ ਕੰਮ ਇਹ ਕੰਮ ਵੀ ਬਹੁਤ ਚੱਲਦਾ ਜਦੋਂ ਕਿਤੇ ਵਿਆਹ ਹੋ ਜਾਏ ਮੈਂ ਕਹਿੰਦਾ ਇਕੱਠਾ ਹੀ ਆਉਂਦਾ 5-7 ਲੱਖ ਦਾ ਸੂਟ ਹਨਾ ਜਦੋਂ ਵਿਚਾਰੇ ਬੰਦਿਆਂ ਦਾ ਗੱਡੀ ਨੇ ਆਇਆ ਹੁੰਦਾ ਵੀ 40,000 ਚ ਸਾਰੇ ਬਣ ਗਏ ਜਦੋਂ ਬੀਬੀਆਂ ਦਾ ਗੱਡੀ ਦਾ 5-7 ਲੱਖ ਦਾ ਸਾਰਾ ਬਣਿਆ ਸਮਾਨ ਚਲੋ ਬਹੁਤ ਬਹੁਤ ਵਧੀਆ ਪ੍ਰੋਫੈਸ਼ਨ ਚੂਜ਼ ਕੀਤਾ ਤੁਸੀਂ ਵਾਹ ਵਾਹ ਨੋਟਾਂ ਵਾਲਾ ਚਲੋ ਬਹੁਤ ਵਧੀਆ ਗੋਡ ਬਲੈਸ ਯੂ ਤੁਹਾਡਾ ਕੋਈ ਜ਼ਿੰਦਗੀ ਦਾ ਹੈਪੀ ਮੂਮੈਂਟ ਕੋਈ ਖੁਸ਼ੀ ਵਾਲਾ ਪਲ ਜਦੋਂ ਬਹੁਤ ਖੁਸ਼ੀ ਹੋਈ ਹੋਵੇ ਵੀ ਅੱਜ ਬਹੁਤ ਇੱਕ ਐਕਸਟਰਾਆਰਡੀਨਰੀ ਖੁਸ਼ੀ ਹੋਈ ਹੈ ਵੈਸੇ ਤਾਂ ਬਹੁਤ ਸਾਰੇ ਪਲ ਹੁੰਦੇ ਨੇ ਪਰ ਜਿਹੜਾ ਹੁਣ ਜੇ ਕਾਲਜ 'ਚ ਖੜੇ ਹਾਂ ਸਭ ਤੋਂ ਖੁਸ਼ੀ ਵਾਲੇ ਪਲ ਉਦੋਂ ਹੁੰਦੇ ਨੇ ਜਦੋਂ ਅਸੀਂ ਕੋਈ ਕੰਪੀਟੀਸ਼ਨ ਜਿੱਤਦੇ ਹਾਂ ਔਰ ਫਿਰ ਕਾਲਜ 'ਚ ਵਾਪਸੀ ਹੁੰਦੀ ਹੈ ਵਾਹ 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 ਕਿਹੜੇ ਕੰਪੀਟੀਸ਼ਨ ਲੜੇ ਤੁਸੀਂ ਗਿੱਧਾ 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 ਜੀ ਬਹੁਤ ਵਧੀਆ ਸੰਮੀ ਕੁਝ ਜਿਹੜੇ ਰੀਜਨਲ ਡਾਂਸਿਸ ਹੁੰਦੇ ਟੀਮ ਆਈ ਹੈ ਤੁਹਾਡੀ ਅੱਜ ਹਾਂਜੀ ਸਰ ਤੁਹਾਨੂੰ ਦਿਖਾਉਣਗੇ ਉਹ ਪਰਫਾਰਮੈਂਸ ਬਸ 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 ਵਧੀਆ ਵਧੀਆ ਆਪਾਂ ਕਰਦੇ ਹਾਂ ਫਿਰ ਹੌਲੀ ਹੌਲੀ ਜੀ ਜੀ ਠੀਕ ਹੈ ਨਾ ਜੀ ਹੌਲੀ ਹੌਲੀ ਵੱਡੇ ਕਲਾਕਾਰ ਹੌਲੀ ਹੌਲੀ ਜੀ ਥੈਂਕ ਯੂ ਸੋ ਮਚ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਬਹੁਤ ਚੰਗੇ ਲੱਗੇ ਥੈਂਕ ਯੂ ਸੋ ਮਚ ਚਲੋ ਜੀ ਥਰਡ ਸੈਗਮੈਂਟ ਲਈ ਤੁਸੀਂ ਫਿਰ ਮਿਸ ਕਾਲ ਕਰ ਸਕਦੇ ਹੋ ਦਿੱਤੇ ਹੋਏ ਨੰਬਰ ਦੇ ਉੱਤੇ ਅਤੇ ਫਿਰ 5 ਜਿਹੜੇ ਕੋਡ ਆਊਗਾ ਉਹਦੇ ਵਿੱਚੋਂ 5 ਬੱਚਿਆਂ ਨੂੰ ਗਿਫਟ ਹੈਂਪਰ ਦੇਵਾਂਗੇ ਸੋ ਹੁਣ ਵਕਤ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ ਕੰਟੀਨਿਊ ਮਡੀਰ ਇਜ਼ ਬਰੋਟ ਟੂ ਯੂ ਬਾਏ ਪ੍ਰੋ ਇਸ ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਚਲੋ ਜੀ ਕੰਟੀਨਿਊ ਮਡੀਰ ਦਾ ਸ਼ੂਟ ਬਹੁਤ ਵਧੀਆ ਚੱਲ ਰਿਹਾ ਅੱਜ ਅਸੀਂ ਹੈਗੇ ਹਾਂ KMV ਕਾਲਜ ਬਹੁਤ ਬੱਚਿਆਂ ਦੇ ਵਿੱਚ ਟੈਲੈਂਟ ਔਰ ਨਾਲ ਦੀ ਨਾਲ ਮੈਂ ਤੁਹਾਨੂੰ ਦੱਸਦਾ ਕਿ ਪ੍ਰੋ ਇਸ ਸਾਡੇ ਨਾਲ ਜੁੜਿਆ ਹੋਇਆ ਅਸੀਂ ਥੈਂਕਸ ਕਰਦੇ ਹਾਂ ਆਪਣੇ ਸਪੌਂਸਰ ਦਾ ਔਰ ਅਸੀਂ ਹੁਣ ਡਿਜੀਟਲੀ ਲਾਈਵ ਕੰਟੈਸਟ ਇੱਕ ਅਸੀਂ ਚਲਾਉਣ ਲੱਗੇ ਹਾਂ ਕਰਨਾ ਕੀ ਹੈ ਜੀ ਜਿੰਨੇ ਵੀ ਬੱਚੇ ਇੱਥੇ ਖੜ੍ਹੇ ਨੇ ਬਹੁਤ ਪਿਆਰੀਆਂ ਪਿਆਰੀਆਂ ਕੁੜੀਆਂ ਖੜ੍ਹੀਆਂ ਨੇ ਚੰਗੀਆਂ ਬੱਚੀਆਂ ਖੜ੍ਹੀਆਂ ਨੇ ਇਹਨਾਂ ਨੇ ਮਿਸ ਕਾਲ ਕਰਨੀ ਹੈ ਨੰਬਰ ਆਹ ਲਿਖਿਆ 9667-702-703 ਵਾਹ ਕਿਆ ਨੰਬਰ ਹੈ 9667-702-703 ਤੁਸੀਂ ਮਿਸ ਕਾਲ ਕਰਨੀ ਹੈ ਮੂਹਰੋਂ ਕੋਈ ਨਹੀਂ ਫੋਨ ਚੱਕੂਗਾ ਹਾਂਜੀ ਪੱਕੀ ਗਰੰਟੀ ਕਰਾਂ ਤੁਹਾਡੇ ਪੈਸੇ ਨਹੀਂ ਲੱਗ ਦਿੰਦੇ ਹਾਂਜੀ ਮਜ਼ਾਕ ਇੱਕ ਪਾਸੇ ਮਿਸ ਕਾਲ ਜਦੋਂ ਕਰੋਗੇ ਤਾਂ ਸਾਡੀ ਜਿਹੜੀ ਪ੍ਰੋਇਸ ਦੀ ਟੀਮ ਹੈ ਉਹਨਾਂ ਕੋਲ ਤੁਹਾਡੀ ਕਾਲ ਰਿਸੀਵ ਹੋਊਗੀ ਅਤੇ ਰੈਂਡਮਲੀ ਜਿਹੜਾ ਤੁਹਾਡੇ ਕੋਲ ਕੋਡ ਆਊਗਾ ਇੱਕ ਯੂਨੀਕ ਕੋਡ ਉਸ ਕੋਡ ਦੇ ਰਾਹੀਂ ਅਸੀਂ ਪ੍ਰੋਇਸ ਦੀ ਟੀਮ 5 ਬੱਚਿਆਂ ਨੂੰ ਚੁਣੇਗੀ ਔਰ ਉਹ 5 ਬੱਚਿਆਂ ਨੂੰ ਫਿਰ ਅਸੀਂ ਗਿਫਟ ਹੈਂਪਰ ਦੇਵਾਂਗੇ ਪ੍ਰੋਇਸ ਵੱਲੋਂ ਸੋ ਜ਼ੋਰਦਾਰ ਤਾੜੀਆਂ ਭਾਈ ਬਹੁਤ ਮਜ਼ਾ ਆ ਰਿਹਾ ਜਲੰਧਰ ਦੇ ਵਿੱਚ ਸ਼ੂਟ ਕਰਦੇ ਹੋਏ ਪ੍ਰੋ ਇਜ਼ ਸੈਲੀਬ੍ਰੇਟਿੰਗ ਐਕਸਲ ਮੂਮੈਂਟਸ ਆਫ ਲਾਈਫ ਜਿਹੜਾ ਨੰਬਰ ਦਿੱਤਾ ਜੀ 9667-702-703 ਭਾਈ ਤੁਸੀਂ ਮਿਸ ਕਾਲ ਕਰ ਕੀਤੀ ਕਿ ਨਹੀਂ ਕੀਤੀ ਅਜੇ ਅੱਛਾ ਅੱਛਾ ਚਲੋ ਬਹੁਤ ਵਧੀਆ ਜਿਹਨੇ ਨਹੀਂ ਕੀਤੀ ਭਾਈ ਫਿਰ ਕਰ ਦਿਉ ਅਤੇ ਕਿਉਂਕਿ OTP ਕੋਡ ਮੇਰੇ ਕੋਲ ਆਉਣ ਵਾਲਾ ਅਤੇ ਫਿਰ ਉਹਦੇ ਰਾਹੀਂ ਅਸੀਂ ਜਿਹੜੇ ਗਿਫਟ ਮੈਂਬਰਸ ਹੈਗੇ ਨੇ ਲੱਕੀ 5 ਬੱਚਿਆਂ ਨੂੰ ਉਹ ਅਸੀਂ ਦੇਵਾਂਗੇ ਅਤੇ ਅਗਲੇ ਬੱਚੇ ਨੂੰ ਸੱਦਾ ਦਿੰਦੇ ਹਾਂ ਬਹੁਤ ਵਧੀਆ ਪਹਿਰਾਵਾ ਕਿਆ ਬਾਤ ਹੈ ਜ਼ੋਰਦਾਰ ਤਾੜੀਆਂ ਬਹੁਤ ਵਧੀਆ ਤੁਹਾਡਾ ਪਹਿਰਾਵਾ ਜੀ ਕਿਆ ਨਾਮ ਹੈ ਕੀ ਨਾਮ ਹੈ ਤੁਹਾਡਾ ਗੁਰਪ੍ਰੀਤ ਕੌਰ ਗੁਰਪ੍ਰੀਤ ਕੌਰ ਕਿੱਥੋਂ ਜੀ ਜਲੰਧਰ ਤੋਂ ਹੀ ਅੱਛਾ ਜਲੰਧਰ ਤੋਂ ਹਾਂਜੀ ਤੁਹਾਡਾ ਸ਼ੌਂਕ ਕਿੱਦਾਂ ਹਾਂਜੀ ਕੀ ਏਮ ਕੀ ਹੈ ਜੀ ਬਣਨਾ ਕੀ ਚਾਹੁੰਦੇ ਹੋ ਬਸ ਪੇਰੈਂਟਸ ਨੂੰ ਪ੍ਰਾਊਡ ਕਰਾਉਣਾ ਜੋ ਮਰਜ਼ੀ ਬਣਾ ਬਸ ਪੇਰੈਂਟਸ ਖੁਸ਼ ਹੋਣੇ ਚਾਹੀਦੇ ਹਰ ਚੀਜ਼ ਚਲੋ ਬਹੁਤ ਵਧੀਆ ਗੱਲ ਹੈ ਪਰ ਫਿਰ ਵੀ ਇੱਕ ਲਾਈਨ ਚੁਣੀ ਹੋਣੀ ਤੁਸੀਂ ਡਾਕਟਰ ਬਣਨਾ ਆਪ ਟੀਚਰ ਬਣਨਾ ਬੈਂਕਿੰਗ ਲਾਈਨ 'ਚ ਜਾਣਾ ਅੱਛਾ ਬੈਂਕਿੰਗ ਲਾਈਨ 'ਚ ਜਾਣਾ ਹਾਂਜੀ ਚਲੋ ਬਹੁਤ ਵਧੀਆ ਤੇ ਅੱਜ ਕੀ ਪਰਫਾਰਮ ਕਰੋਗੇ ਜੀ ਗਿੱਧਾ ਮੈਂ ਝੂਮਰ ਦੀਆਂ ਬੋਲੀਆਂ ਪਾਉਣੀਆਂ ਅੱਛਾ ਜੀ ਚਲੋ ਪਾਓ ਜੀ ਬਹੁਤ ਵਧੀਆ ਸ਼ਾਲਾ ਮੈਂਡਾ ਜੀ ਟੋਲਾ ਕੋਈ ਮੁੰਦਰੀ ਤਿੰਨ ਮਾਸੇ ਹਾਏ ਵੇ ਇੱਕ ਪਾਸੇ ਰੱਖ ਯਾਰੀ ਨਹੀਂ ਉਹ ਨਿਭਣੀ ਤੋਂ ਪਾਸੇ ਵੇ ਇੱਕ ਪਾਸੇ ਰੱਖ ਯਾਰੀ ਨਹੀਂ ਉਹ ਨਿਭਣੀ ਤੋਂ ਪਾਸੇ ਸੂਈ ਵੇ ਸੂਈ ਟੰਗੀ ਪੰਖੂੜੇ ਵੇ ਪੈ ਗਏ
ਕਲਮਾ ਸੂਈ ਵੇ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਖਬਰ ਮਿਲੀ ਹੈ ਰਵਨੀਤ ਗਵਾਚ ਗਿਆ ਪਰ ਤੁਹਾਡੇ ਕੋਲ 30 ਸੈਕਿੰਡ ਹੈ ਹੋਰ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਰਵਨੀਤ ਕਿੱਥੇ ਗਵਾਚਿਆ ਕਿੱਥੇ ਨਹੀਂ ਗਵਾਚਿਆ 30 ਸੈਕਿੰਡ ਹੈ MHONE ਨਿਊਜ਼ ਦੇ ਉੱਤੇ ਪ੍ਰੋਗਰਾਮ ਤਰਥੱਲੀ ਤਰਥੱਲਾ ਰਵਨੀਤ ਗਵਾਚ ਗਿਆ ਕਿਹੜਾ ਪ੍ਰੋਗਰਾਮ ਤਰਥੱਲੀ ਤਰਥੱਲਾ ਇਹ ਨਵਾਂ ਤੁਹਾਡਾ ਹੀ ਹੈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸਰਬਜੀਤ ਕੌਰ ਸਰਬਜੀਤ ਕੌਰ ਮੈਂ ਤੁਹਾਡੀ ਆਪਣੀ ਸਰਬਜੀਤ ਕੌਰ ਲੈ ਕੇ ਪੇਸ਼ ਆ ਪ੍ਰੋਗਰਾਮ ਤਰਥੱਲੀ ਤਰਥੱਲਾ ਵਧੀਆ ਨੀ ਨਿਊਜ਼ ਐਂਕਰਿੰਗ 30 ਸੈਕਿੰਡ ਹੈ ਤੁਹਾਡੇ ਕੋਲ ਰਵਨੀਤ ਗਵਾਚ ਗਿਆ ਸਿਰਫ ਇੰਨੀ ਖਬਰ ਹੈ ਔਰ ਤੁਸੀਂ ਡੈਸਕ ਤੇ ਬਹਿ ਗਏ ਹੋ ਆ ਜਾਓ ਸ਼ਾਬਾਸ਼ 1 2 3 ਸਤਿ ਸ਼੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਤੇ ਤੁਸੀਂ ਦੇਖ ਰਹੇ ਹੋ ਤਰਥੱਲੀ ਤਰਥੱਲਾ MHONE ਨਿਊਜ਼ ਤੇ ਇਸ ਵਕਤ ਨਿਊਜ਼ ਆ ਰਹੀ ਹੈ ਕਿ ਰਵਨੀਤ ਜੋ ਕਿ ਕੰਟੀਨਿਊ ਮਟੀਰ ਦਾ ਐਂਕਰ ਹੈ ਉਹ ਗਵਾਚ ਚੁੱਕਾ ਹੈ ਗਵਾਚ ਚੁੱਕਾ ਹੈ ਤੇ ਮੈਨੂੰ ਵੀ ਨਹੀਂ ਪਤਾ ਕਿੱਥੇ ਗਵਾਚਿਆ ਬਟ ਇਸ ਟਾਈਮ ਮੇਰੇ ਨਾਲ ਹੈ ਤੁਸੀਂ ਦੇਖ ਸਕਦੇ ਹੋ ਇਹਨੇ ਲੱਭ ਹੀ ਲਿਆ ਇਹਨੇ ਚਲੋ ਬਹੁਤ ਵਧੀਆ ਕੀ ਸ਼ੌਂਕ ਨੇ ਤੁਹਾਡੇ ਮੇਰਾ ਸ਼ੌਂਕ ਹੈ ਐਂਕਰਿੰਗ ਐਂਡ ਰੇਡੀ ਸ਼ੌਕਿੰਗ ਆਰਜਿੰਗ ਦਾ ਬਹੁਤ ਵਧੀਆ ਬਹੁਤ ਵਧੀਆ ਤੇ ਸੁਣਾਓ ਸਾਨੂੰ ਕੋਈ ਕੋਈ ਸਾਨੂੰ ਆਰਜੇ ਉਹਦਾ ਜਿਵੇਂ ਆਰਜੇ ਸਟਾਈਲ ਹੁੰਦਾ ਉਹਦੇ ਵਿੱਚ ਕੋਈ ਬੋਲ ਕੇ ਦਿਖਾ ਦਿਓ ਜਾਂ ਕੁਝ ਵੀ ਜੋ ਤੁਹਾਡਾ ਦਿਲ ਕਰਦਾ ਕਹਿੰਦੇ ਕਿਸਮਤ ਦੀ ਕੋਈ ਚਮਕ ਨਹੀਂ ਹੁੰਦੀ ਪਰ ਹਾਂ ਕਿਸਮਤ ਚਮਕ ਦੀ ਜ਼ਰੂਰ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਆਸ਼ਿਸ਼ ਸਰਬ ਤੇ ਤੁਸੀਂ ਸੁਣ ਰਹੇ ਹੋ ਕੰਟੀਨਿਊ ਮਟੀ ਰੇਡੀਓ ਤੇ ਇਸ ਵਕਤ ਜੇ ਅਸੀਂ ਗੱਲ ਕਰਦੇ ਹਾਂ ਬਿਜ਼ਨਸ ਦੇ ਵਿੱਚ ਲੋਸ ਔਰ ਪਿਆਰ ਦੇ ਵਿੱਚ ਲੋਸ ਤਾਂ ਵੀ ਕਿਸਮਤ ਮਾੜੀ ਓਹੋ ਕਿਉਂ ਰੋਣਾ ਮੇਰੇ ਯਾਰ ਹੀਰ ਛੱਡ ਗਈ ਰਾਂਝਾ ਛੱਡ ਗਿਆ ਡੋਂਟ ਵਰੀ ਅਬਾਊਟ ਇਟ ਆਪਣੀ ਕਿਸਮਤ 'ਤੇ ਕਿਉਂ ਰੋਣਾ ਸ਼ੋਣਾ ਕਿਉਂਕਿ ਉਹ ਲਾਇਕ ਹੀ ਨਹੀਂ ਤੁਹਾਡੇ ਹੋਣਾ ਸੋ ਇੱਦਾਂ ਦੇ ਝਮੇਲਿਆਂ ਦੇ ਵਿੱਚ ਬਹਿ ਕੇ ਨਾ ਆਪਣੀ ਕਿਸਮਤ ਨੂੰ ਦੋਸ਼ ਦੇ ਕੇ ਸੁਸਾਈਡ ਨਾ ਕਰੋ ਸੋ ਇਸ ਲਈ ਗੋਡ ਬਲੈਸ ਯੂ ਬਹੁਤ ਵਧੀਆ ਜ਼ੋਰਦਾਰ ਤਾੜੀਆਂ ਕੁੜੀ ਚਲੋ ਜੀ ਜਿਹੜਾ ਪ੍ਰੋਇਸ ਵੱਲੋਂ ਡਿਜੀਟਲੀ ਲਾਈਵ ਕੰਟੈਸਟ ਚੱਲਿਆ ਸੀਗਾ ਮਿਸ ਕਾਲ ਵਾਲਾ ਉਹ ਮਿਸ ਕਾਲ ਨਾਲ ਬੱਚਿਆਂ ਦੀਆਂ ਬਹੁਤ ਸਾਰੀਆਂ ਰਿਸੀਵ ਹੋਈਆਂ ਉਹਦੇ ਵਿੱਚੋਂ ਜਿਹੜੇ 5 ਯੂਨੀਕ ਕੋਡ ਸੀਗੇ ਉਹ ਪ੍ਰੋਇਸ ਦੀ ਟੀਮ ਕੋਲ ਰਿਸੀਵ ਹੋ ਚੁੱਕੇ ਨੇ ਉਹਨਾਂ ਨੇ ਕਿਹੜੇ ਬੱਚੇ ਛਾਂਟੇ ਨੇ ਸਾਡੇ ਪ੍ਰੋਇਸ ਦੀ ਟੀਮ ਦੇ ਮੈਂਬਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਕੀ ਨਾਂ ਜੀ ਆਸ਼ਿਮਾ ਆਸ਼ੀ ਆਸ਼ਿਮਾ ਆਸ਼ਰੀ ਮਾਂ ਆਸ਼ਿਮਾ ਅੱਛਾ ਆਸ਼ਿਮਾ ਅੱਛਾ ਠੀਕ ਹੈ ਜੀ ਵਧੀਆ ਵਧੀਆ ਥੈਂਕ ਯੂ ਤੁਸੀਂ ਜੁੜੇ ਸਾਡੇ ਨਾਲ ਸੋ ਕਿਹੜੇ ਨੇ ਜੀ ਉਹ 5 ਬੱਚੇ 5 ਕੋਡ ਮੈਂ ਆਪਕੋ ਬਤਾ ਦਿਉ ਮੈਂ ਚਾਹਤੀ ਹੂੰ ਆਪ ਸਭ ਆਪਣੇ ਫੋਨ ਚੈੱਕ ਕਰ ਲੀਜੀਏ ਕਿਸਕਾ ਕੋਡ ਮੈਚ ਹੋ ਰਹਾ ਹੈ ਪਹਿਲਾ ਹੈ 30465 ਇਨਕੋ ਹਮਾਰੀ ਤਰਫ ਸੇ ਪ੍ਰੋਇਸ ਕਾ ਗਿਫਟ ਹੈਂਪਰ ਵਾਹ ਜੀ ਵਾਹ ਵਾਹ ਜੀ ਵਾਹ 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 ਲਓ ਜੀ ਇਹ ਆਪਕੇ ਲਈ ਕੀ ਬਾਤ ਹੈ ਐਂਡ ਮੈਂ ਚਾਹਤੀ ਹੂੰ ਕਿ ਆਪ ਇਸਕੋ ਯੂਜ਼ ਕਰੀਏ ਪ੍ਰੋਇਸ ਗੋ ਐਕਸਲ ਰੈਗੂਲਰ ਪੈਡ ਸੇ ਜ਼ਿਆਦਾ ਬੜੇ ਹੈ ਜੋ ਆਪ ਰੈਗੂਲਰ ਪੈਡ ਲੇਤੇ ਹੈ ਉਸ ਸੇ 50 mm ਜ਼ਿਆਦਾ ਬੜੇ 90% ਤੱਕ ਜ਼ਿਆਦਾ ਸੋਕ ਸੈਕਿੰਡ ਕੋਡ ਹੈ 66361 ਇਹ ਆਪਕੇ ਲਈ ਗਿਫਟ ਹੈਂਪਰ ਪ੍ਰੋਇਸ ਕੀ ਤਰਫ ਸੇ ਵਾਹ ਜੀ ਵਾਹ ਥੈਂਕ ਯੂ ਸੋ ਮਚ ਗੋਡ ਬਲੈਸ ਯੂ ਜੀ ਅਗਲਾ ਕੋਡ ਤੀਸਰਾ ਕੋਡ ਹੈ 10781 ਚੌਥਾ ਕੋਡ ਹੈ 98862 ਫਿਫਥ ਕੋਡ ਹੈ 58687 ਚਲੋ ਜੀ ਅਗਲਾ ਰਾਊਂਡ ਹੋਊਗਾ ਜੀ ਅਗਲੇ ਸੈਗਮੈਂਟ ਦੇ ਵਿੱਚ ਕੰਟੀਨਿਊ ਮਟੀਰ ਇਜ਼ ਬ੍ਰੌਟ ਟੂ ਯੂ ਬਾਈ ਪ੍ਰੋਇਸ ਹੁਣ ਵਕਤ ਤੱਕ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਟੀਨਿਊ ਮਟੀਰ ਦੇ ਵਿੱਚ KMV ਕਾਲਜ ਰੌਣਕਾਂ ਲੱਗੀ ਹੋਈਆਂ ਨੇ ਕੰਟੀਨਿਊ ਮਟੀਰ ਇਜ਼ ਬ੍ਰੌਟ ਟੂ ਯੂ ਬਾਈ ਪ੍ਰੋਇਸ ਅਗਲੇ ਬੱਚੇ ਨੂੰ ਬੁਲਾਉਂਦੇ ਹਾਂ ਆਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਮਨਜੋਤ ਕੌਰ ਮਨਜੋਤ ਕੌਰ ਕਿੱਥੋਂ ਜੀ ਸਰ ਮੈਂ ਭੋਗਪੁਰ ਸਾਈਡ ਤੋਂ ਮੇਰਾ ਪਿੰਡ ਆ ਸਿੰਘਪੁਰ ਪਰਿਵਾਰ 'ਚ ਕੌਣ ਕੌਣ ਜੀ ਤੁਹਾਡੇ ਮੇਰੇ ਡੈਡੀ ਮੰਮੀ ਦਾਦੀ ਅਤੇ ਵੱਡੀ ਭੈਣ ਅਤੇ ਭਰਾ ਬਹੁਤ ਵਧੀਆ ਕੀ ਸੁਣਾਓਗੇ ਸਾਨੂੰ ਮੈਂ ਪੰਜਾਬ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਜਿੱਧਰ ਨੂੰ ਜਾ ਰਹੀ ਹੈ ਕਿ ਨਸ਼ੇ ਬਹੁਤ ਵੱਧ ਗਏ ਨੇ ਅਤੇ ਅਸੀਂ ਸਰਕਾਰਾਂ ਨੂੰ ਦੋਸ਼ ਦਿੰਦੇ ਹਾਂ ਪਰ ਕਿਤੇ ਨਾ ਕਿਤੇ ਆਪਣੇ ਆਪ ਨੂੰ ਕੰਟਰੋਲ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਅਤੇ ਦੂਸਰੀ ਗੱਲ ਕਿਸਾਨਾਂ ਬਾਰੇ ਕਿ ਕਿਸਾਨ ਅੰਨਦਾਤਾ ਜਿਹੜਾ ਮਰ ਰਿਹਾ ਅੱਜ ਮੈਂ ਉਹਨਾਂ ਬਾਰੇ ਬੋਲਣਾ ਚਾਹੁੰਦੀ ਹਾਂ ਅਤੇ ਨਸ਼ਿਆਂ ਬਾਰੇ ਕਿਸਾਨਾਂ ਬਾਰੇ ਮੈਂ ਕਹਿਣਾ ਚਾਹੁੰਦੀ ਹਾਂ ਕਿ ਧੰਨ ਮੇਰੀ ਕਿਰਸਾਣੀ ਜਿਹੜੀ ਨੱਕੇ ਵੱਢਦੀ ਰਾਤਾਂ ਨੂੰ ਆਥਣ ਨੂੰ ਤਾਂ ਸੂਰਜ ਵੀ ਥੱਕ ਟੁੱਟ ਕੇ ਮੰਜੇ ਲੱਗ ਜਾਂਦਾ ਅਤੇ ਨਸ਼ਿਆਂ 'ਤੇ ਮੈਂ ਇਹ ਬੋਲਣਾ ਚਾਹੁੰਦੀ ਹਾਂ ਕਿ ਸੁਣ ਲਓ ਲੋਕੋ ਕਹਾਣੀ ਪੰਜਾਬ ਦੀ ਨਸ਼ਿਆਂ ਨੇ ਖਾ ਲਈ ਜਵਾਨੀ ਪੰਜਾਬ ਦੀ ਸੁੱਤੀ ਹੋਈ ਕੌਮ ਨੂੰ ਜਗਾ ਲਓ ਪੰਜਾਬੀਓ ਡੁੱਬਦੇ ਪੰਜਾਬ ਨੂੰ ਬਚਾ ਲਓ ਪੰਜਾਬੀਓ ਡੁੱਬਦੇ ਪੰਜਾਬ ਨੂੰ ਬਚਾ ਲਓ ਪੰਜਾਬੀਓ ਬਹੁਤ ਵਧੀਆ
ਤੁਸੀਂ ਬੁਲਾਰੇ ਬਹੁਤ ਵਧੀਆ ਲੱਗਦੇ ਮੈਨੂੰ ਥੈਂਕ ਯੂ ਤੁਸੀਂ ਪਾਰਟਿਸਿਪੇਟ ਕਰਦੇ ਹੋ ਸਰ ਮੈਂ ਲਾਸਟ ਈਅਰ ਇੱਥੇ ਸਪੀਕਰ ਆਫ ਦ ਈਅਰ ਸੀ ਕਾਲਜ ਦੇ ਵਿੱਚ ਤੇ ਮੈਂ ਪੰਜਾਬੀ 'ਚ ਐਂਕਰਿੰਗ ਕਰਦੀ ਹਾਂ ਬਹੁਤ ਵਧੀਆ ਤੇ ਸਰ ਮੈਂ ਤੁਹਾਡੀ ਬਿਗੇਸਟ ਫੈਨ ਹਾਂ ਥੈਂਕ ਯੂ ਸੋ ਮਚ ਮੈਂ ਤੁਹਾਡੇ ਜਿਹੜੇ ਤੁਸੀਂ ਸ਼ਬਦ ਸ਼ਬਦਾਂ ਦਾ ਪ੍ਰਯੋਗ ਕੀਤਾ ਹਾਂਜੀ ਸਰ ਬੜੇ ਠਹਿਰਾਵ ਦੇ ਨਾਲ ਤੁਸੀਂ ਇਕੱਲਾ ਇਕੱਲਾ ਸ਼ਬਦ ਪ੍ਰੋ ਕੇ ਬੋਲਿਆ ਤਾਂ ਮੈਂ ਤੁਹਾਡਾ ਫੈਨ ਹੋ ਗਿਆ ਬਹੁਤ ਵਧੀਆ ਬੋਲੇ ਬਹੁਤ ਵਧੀਆ ਬਹੁਤ ਵਧੀਆ ਪਰਮਾਤਮਾ ਤੁਹਾਨੂੰ ਖੁਸ਼ ਰੱਖਣ ਚੜ੍ਹਦੀ ਕਲਾ 'ਚ ਰੱਖਣ ਰਾਤ ਨੂੰ ਨੀ ਖਾਧੀ ਸਵੇਰੇ ਨੀ ਖਾਧੀ ਦੁਪਹਿਰੇ ਲੈ ਕੇ ਆਇਓ ਟਿਫਨ 'ਚ ਹਾਂਜੀ ਆਲੂ ਫਲੀਆਂ ਆਲੂ ਫਲੀਆਂ ਹਾਂਜੀ ਹਾਂ ਤੂੰ ਲੈ ਕੇ ਆਇਓ ਜ਼ਰੂਰ ਮੈਂ ਹੁਣੀ ਆਨੀ ਆ ਬਸ ਠੀਕ ਆ ਆਪਾਂ ਗੱਲਬਾਤ ਤੋਂ ਬਾਅਦ ਨਾਲੇ ਮੈਂ ਸ਼ੋਅ ਕਰੂੰਗਾ ਨਾਲੇ ਆਲੂ ਫਲੀਆਂ ਮਿਲਣਗੀਆਂ ਘਰ ਦੀਆਂ ਓਕੇ ਜੀ ਠੀਕ ਹੈ ਨਾ ਜੀ ਪਰਿਵਾਰ 'ਚ ਕੌਣ ਕੌਣ ਕਿਹਨੇ ਬਣਾਈ ਆਲੂ ਫਲੀਆਂ ਮੰਮਾ ਨੇ ਬਹੁਤ ਵਧੀਆ ਤੁਹਾਨੂੰ ਵੀ ਕੁਕਿੰਗ ਆਉਂਦੀ ਕਿ ਨਹੀਂ ਨੋ ਨੋ ਹੌਲੀ ਹੌਲੀ ਸਿੱਖੋ ਬੇਟੇ ਅਗਲੇ ਦਿਨ ਜਿਹਨਾਂ ਨੇ ਘਰੇ ਜਾਣਾ 4-5 ਸਾਲ ਬਾਅਦ ਰੋਟੀ ਬਣਾਉਣੀ ਪੈਣੀ ਉੱਥੇ ਕੋਈ ਨਹੀਂ ਇੰਨੇ ਕਾ ਸੈਟਲ ਹੋ ਜਾਾਂਗੇ ਕਿ ਨੌਕਰਾਨੀ ਰੱਖ ਲਾਂਗੇ ਕੀ ਲੋੜ ਪਈ ਆ ਅੱਛਾ ਮਤਲਬ ਆਪ ਨਹੀਂ ਕੁਝ ਕਰਨਾ ਹਾਂਜੀ ਹੁਣ ਮੰਮੀ ਵੀ ਤੇ ਬਣਾਉਣ ਦੇ ਕਿ ਨਹੀਂ ਆਲੂ ਫਲੀਆਂ ਕਦੀ ਕਦੀ ਹੈਲਪ ਕਰ ਦਿੰਦੀ ਹੁੰਦੀ ਆ ਹਾਂ ਕਦੇ ਕਦੇ ਬਣਾ ਲਿਓ ਆਉਣਾ ਚਾਹੀਦਾ ਪਰ ਹਾਂਜੀ ਚਾਹ ਬਣਾਉਣੇ ਆਉਂਦੀ ਆ ਵਾਹ 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 ਬਹੁਤ ਵੱਡਾ ਕੰਮ ਆ ਗਿਆ ਤੁਹਾਨੂੰ ਤਾਂ ਇਹ ਤਾਂ ਕਿਸੇ ਨੂੰ ਵੀ ਨਹੀਂ ਆਉਂਦਾ ਜਿਹੜਾ ਤੁਹਾਨੂੰ ਆਉਂਦਾ ਵਾਹ 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 ਹਾਂਜੀ ਬੱਚੇ ਚਾਹ ਬਣਾਉਂਦੇ ਨੇ ਵਾਹ ਇਹ ਉਹ ਕੁੜੀ ਜਿਹਨੇ ਚਾਹ ਬਣਾਈ ਹੈ ਬਈ ਅੱਛਾ ਅੱਛਾ ਲੱਭਦੇ ਫਿਰਦੇ ਸਾਰੇ ਵਿਗਿਆਨੀ ਲੱਭਦੇ ਫਿਰਦੇ ਸਾਇੰਟਿਸਟ ਵੀ ਚਾਹ ਪਤਾ ਨਹੀਂ ਕੌਣ ਬਣਾਉਂਦਾ ਅੱਛਾ ਤੁਸੀਂ ਬਣਾਉਂਦੇ ਹੋ ਇਹ ਤਾਂ ਨਾ ਕੋਈ ਚਾਹ ਬਣਾਉਣ ਵਾਲੇ ਪ੍ਰਾਈਮ ਮਿਨਿਸਟਰ ਬਣ ਸਕਦੇ ਤੇ ਅਸੀਂ ਘਾਟਾ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਹੋਰ ਕੀ ਸ਼ੌਂਕ ਨੇ ਤੁਹਾਡੇ ਮੇਰੇ ਨਾਂ ਨਹੀਂ ਦੱਸਿਆ ਮੇਰਾ ਮੀਨਾਕਸ਼ੀ ਚੱਡਾ ਮੀਨਾਕਸ਼ੀ ਚੱਡਾ ਜੀ ਵਾਹ ਜੀ ਵਾਹ ਕੀ ਸ਼ੌਂਕ ਨੇ ਤੁਹਾਡੇ ਹੋਰ ਚਾਹ ਬਣਾਉਣ ਤੋਂ ਸਿਵਾਏ ਤੁਹਾਨੂੰ ਚਾਹ ਹੀ ਆਉਂਦੀ ਨਾ ਇਕੱਲੀ ਨਹੀਂ ਨਹੀਂ ਮੈਗੀ ਆਉਂਦੀ ਆ ਹਾਂ ਮੈਗੀ ਆਉਂਦੀ ਆ 2 ਮਿੰਟ 'ਚ ਤਿਆਰ 2 ਮਿੰਟ 'ਚ ਜੀ ਹਾਂਜੀ ਬਹੁਤ ਵਧੀਆ ਹੋਰ ਤੁਹਾਡੇ ਸ਼ੌਂਕ ਮੇਰੇ ਡਾਂਸਿੰਗ ਸਿੰਗਿੰਗ ਥੋੜੀ ਸ਼ੇਰੋ ਸ਼ਾਇਰੀ ਵੀ ਕਰ ਹੀ ਲੈਣੀ ਆ ਆਉਣ ਦੋ ਆਉਣ ਦੋ ਹਾਂਜੀ ਆਉਣ ਦੋ ਕੀ ਆਉਣ ਦੋ ਸ਼ੇਰ ਸ਼ੇਰ ਜ਼ਰੂਰ ਜੀ ਆਓ ਆਓ ਪਰ ਮੈਂ ਹਿੰਦੀ 'ਚ ਬੋਲਾਂਗੀ ਮੈਂ ਕਿਹਾ ਜੀ ਭਾਵੇਂ ਮਲਿਆਲਮ 'ਚ ਆ ਜਾਓ ਓਕੇ ਜੀ ਪਰ ਆ ਜਾਓ ਹਾਂਜੀ ਹਾਂਜੀ ਸ਼ਾਇਰੀ ਸੁਣਿਓ ਸ਼ਾਇਰੀ ਆਗ ਲਗਾ ਦੋ ਗੁੱਸੇ ਕੋ ਆਗ ਲਗਾ ਦੋ ਗੁੱਸੇ ਕੋ ਆਗ ਲਗਾ ਦੋ ਗੁੱਸੇ ਕੋ ਇਸ ਗੁੱਸੇ ਮੇ ਕਿਆ ਰੱਖਾ ਹੈ ਹਾਏ 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 ਇਸ ਗੁੱਸੇ ਮੇ ਕਿਆ ਰੱਖ ਆਗ ਲਗਾ ਦੋ ਗੁੱਸੇ ਕੋ ਇਸ ਗੁੱਸੇ ਮੇ ਕਿਆ ਐ ਦੁਨੀਆ ਵਾਲੋ ਤੁਮੇ ਗੁੱਸਾ ਕਰਨੇ ਕੀ ਇਤਨੀ ਵੀ ਕਿਉਂ ਪੜੀ ਹੈ ਯੇ ਦੁਨੀਆ ਤੋਂ ਵੈਸੇ ਵੀ ਤਮਾਸ਼ਾ ਦੇਖਨੇ ਹੀ ਖੜੀ ਹੈ ਵਾਹ 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 ਗੋਡ ਬlesਸ ਯੂ ਖੁਸ਼ ਰਹੋ ਥੈਂਕ ਯੂ ਤਰੱਕੀ ਕਰੋ ਫੇਰ ਅਹੀਂ ਤੁਰ ਕੇ ਇਹ ਹੈ ਉਹ ਘੜ ਵੀ ਵਾਹ ਵੀ ਵਾਹ ਭਈ ਕੱਲੀ ਕੱਲੀ ਆਈਟਮ ਪੜਦੀ ਹੈ ਵੀ ਵਾਹ ਵੀ ਵਾਹ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਇੱਕ ਉਹ ਆਈ ਹੀਲੀ ਹੋਈ ਕੀ ਨਾਂ ਤੁਹਾਡਾ ਨਵਨੀਤ ਨਵਨੀਤ ਬੱਲੇ ਬੱਲੇ ਫਿਰ ਭੈਣ ਹੀ ਹੈ ਮੇਰੀ ਤੂੰ ਪੌਣਾ ਘੰਟਾ ਹੋ ਗਿਆ ਹੱਥ ਗਣਿਆ ਕਿਤੇ ਨੂੰ ਉਹ ਕਿੱਥੋਂ ਭਰਤੀ ਕੀਤੇ ਬਈ ਬਹੁਤ ਅਜੇ ਹੁਣ ਹੈ ਭਰਤੀ ਆਰਮੀ ਚ ਕਿਹੜੀ ਕਲਾਸ ਚੋਂ +1 ਮੈਡੀਕਲ ਮੈਡੀਕਲ ਸਟੂਡੈਂਟ ਬਹੁਤ ਵਧੀਆ ਬਹੁਤ ਵਧੀਆ ਕੀ ਏਮ ਹੈ ਅੱਗੇ ਪਰਿਵਾਰ 'ਚ ਕੌਣ ਕੌਣ ਤੁਹਾਡੇ ਪਾਪਾ ਮੰਮਾ 2 ਬ੍ਰਦਰ ਅਤੇ ਦਾਦਾ ਦਾਦੀ ਜੀ ਬਹੁਤ ਵਧੀਆ ਸਾਰੇ ਠੀਕ ਠਾਕ ਬੜੇ ਸ਼ਰਾਰਤੀ ਹੋ ਤੁਸੀਂ ਘਰ ਦੇ ਵੀ ਬੜੇ ਸ਼ਰਾਰਤੀ ਅੱਛਾ ਓਕੇ ਓਕੇ ਘਰ ਦੇ ਵੀ ਸ਼ਰਾਰਤੀ ਅਤੇ ਘਰ ਦੇ ਨੇ ਕੋਈ ਜੰਮੇ ਵੀ ਸ਼ਰਾਰਤੀ ਬਹੁਤ ਵਧੀਆ ਕੀ ਸੁਣਾਓਗੇ ਸਾਨੂੰ ਤੁਹਾਡੀ ਐਕਟਿੰਗ ਕਰਦਾ ਮੇਰੀ ਐਕਟਿੰਗ ਕਰ ਦਿਓ ਤੁਹਾਡਾ ਨਾਮ ਕੀ ਜੀ ਨਵਨੀਤ ਹਾਂਜੀ ਹਾਂਜੀ ਉੱਚੀ ਬੋਲ ਉੱਚੀ ਬੋਲ ਠੀਕ
ਕੁਲਵੰਤ ਸਿੰਘ। ਕੁਲਵੰਤ ਸਿੰਘ ਜੀ ਉਹ ਕੀ ਕਰਦੇ ਨੇ? 에어 ਫੋਰਸ 'ਚ। ਵਾਹ ਵਾਹ ਵਾਹ, ਥੈਂਕ ਯੂ ਸੋ ਮਚ, ਉਹਨਾਂ ਨੂੰ ਸਲੂਟ, ਉਹ ਸਾਡੇ ਕਰਕੇ ਬੈਠੇ ਨੇ ਤੇ ਬਹੁਤ ਵਧੀਆ। ਕਿੰਨੇ ਚਿਰ ਮਗਰੋਂ ਆਉਂਦੇ ਘਰੇ? 6-7 ਮਹੀਨੇ ਬਾਅਦ। 6-7 ਮਹੀਨੇ ਬਾਅਦ, ਚਲੋ ਬਹੁਤ ਵਧੀਆ। ਕਿੰਨੇ ਭੈਣ ਭਰਾ ਤੁਸੀਂ? 3 ਭੈਣ ਭਰਾ। ਓਕੇ, ਬਾਕੀ ਵੀਰਾ? ਇੱਕ ਵੱਡਾ ਵੀਰਾ ਆਇਲਸ ਕਰਦਾ ਪਿਆ ਤੇ ਇੱਕ ਛੋਟਾ ਵੀਰਾ, ਉਹ ਮੇਰੇ ਮੂੰਹ ਤੁਹਾਡੇ ਨੂੰ ਯੋ ਹੈ ਯੋ ਸਰ, ਤੁਹਾਡੇ ਤੋਂ ਸਿੱਖਿਆ। ਮੈਂ ਨਹੀਂ ਘੱਟ ਕਰਦਾ। ਨਹੀਂ ਸਰ, ਕਰਦੇ ਹੋ ਯੇ ਸਟਾਈਲ, ਯੇ 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 ਹਾਂ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਰਫੈਕਟ ਪ੍ਰੀਫੈਕਟ ਇਹ ਕੀ ਹੁੰਦਾ ਜੀ? ਪ੍ਰੀਫੈਕਟ ਮਤਲਬ ਵੀ ਚੰਗੇ ਬੱਚੇ? ਹਾਂਜੀ, ਮਤਲਬ ਕਿ ਨੁਮਾਇੰਦੇ, ਚੁਣੇ ਹੋਏ ਨੁਮਾਇੰਦੇ। ਹਾਂਜੀ ਹਾਂਜੀ। ਓਕੇ, ਕੀ ਨਾਮ ਤੁਹਾਡਾ? ਸਰਿਤਾ। ਸਰਿਤਾ ਜੀ, ਹਾਂਜੀ, ਤੁਸੀਂ ਪੋਲਿਟਿਕਸ 'ਚ ਜਾਣਾ ਚਾਹੁੰਦੇ ਹੋ? ਨਹੀਂ ਜੀ। ਅੱਛਾ ਜੀ, ਅੱਛਾ ਜੀ, ਚਲੋ ਠੀਕ ਹੈ ਜੀ। ਕੀ ਸ਼ੌਂਕ ਨੇ ਤੁਹਾਡੇ? ਡਾਕਟਰ ਬਣਨਾ। ਡਾਕਟਰ ਬਣਨਾ, ਕਾਹਦੇ ਜੀ? ਕੋਈ ਵੀ ਨਹੀਂ, ਫਿਰ ਵੀ ਬੰਦਿਆਂ ਦੇ, ਡੰਗਰਾਂ ਦੇ, ਕਾਹਦੇ? ਬੰਦਿਆਂ ਦੇ ਹੀ ਬਣਾਂਗੇ। ਅੱਛਾ, ਬੰਦਿਆਂ ਦੇ। ਕਿੱਥੋਂ ਬਿਲੋਂਗ ਕਰਦੇ ਜੀ? ਭੋਗਪੁਰ। ਭੋਗਪੁਰ ਤੋਂ? ਹਾਂਜੀ। ਤੁਹਾਡੀ ਜ਼ਿੰਦਗੀ ਦਾ ਖੁਸ਼ੀ ਵਾਲਾ ਪਲ, ਹੈਪੀ ਐਕਸਲ ਮੂਮੈਂਟ, ਕੋਈ ਵੀ ਜਦੋਂ ਤੁਸੀਂ ਬਹੁਤ ਖੁਸ਼ ਹੋਏ ਹੋਵੋ? ਜਿਸ ਦਿਨ ਅਮਰੀਕਾ ਦਾ ਵੀਜ਼ਾ ਮੇਰਾ ਲੱਗਿਆ ਸੀ, ਉਸੇ ਮੇਰੇ ਪਾਪਾ ਬਹੁਤ ਪ੍ਰਾਊਡ ਸੀਗੇ। ਤੁਹਾਡਾ ਲੱਗਿਆ? ਹਾਂਜੀ, ਅਮਰੀਕਾ ਦਾ ਵੀਜ਼ਾ, 10 ਸਾਲਾਂ ਦਾ? ਹਾਂਜੀ। ਵਾਹ 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 ਵਾਹ, ਇਹ ਨਹੀਂ ਅਮਰੀਕਾ ਵਾਲੇ? ਅੱਛਾ ਅੱਛਾ ਅੱਛਾ। ਕਦੋਂ ਲੱਗਿਆ ਹੈ? ਲਾਸਟ ਜੁਲਾਈ 'ਚ। ਲਾਸਟ ਈਅਰ। ਕਿਵੇਂ ਅਪਲਾਈ ਕਿਵੇਂ ਕੀਤਾ? ਕੋਈ ਉੱਥੇ ਪ੍ਰੋਗਰਾਮ ਹੀ? ਸਕੂਲ ਥਰੂ। ਅੱਛਾ, ਸਕੂਲ ਥਰੂ ਕੀਤਾ। ਹਾਂਜੀ। ਗਏ ਫਿਰ? ਹਾਂਜੀ। ਕਿੱਥੇ ਜਾ ਕੇ ਆਏ? ਨਿਊਯਾਰਕ, ਫਲੋਰੀਡਾ। ਫਲੋਰੀਡਾ, ਉਹ ਜਿਹੜੀ ਯੂਨੀਵਰਸਿਟੀ ਨਾਲ ਟਾਈ ਅਪ ਜਾਂਦਾ, ਉੱਥੇ ਗਏ ਸੀ? ਬੱਲੇ 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 ਬੱਲੇ, ਉੱਥੇ ਮੈਂ ਵੀ ਗਿਆ ਸੀ ਸੁਪਨਿਆਂ 'ਚ। ਨਹੀਂ ਨਹੀਂ, ਮੇਰੇ ਨਾਲ ਦੇ ਗਏ, ਉਹਨਾਂ ਨੇ ਇੰਟੈਲੀਜੈਂਟ ਬੱਚੇ ਲੈ ਗਏ ਸਾਰੇ। ਹਾਂਜੀ, ਮੈਂ ਫਿਰ ਇੱਥੇ ਰਹਿ ਗਿਆ। ਹੋਰ ਤੁਸੀਂ ਕਿੱਥੇ ਕਿੱਥੇ ਘੁੰਮੇ ਹੋ? ਬਸ ਜੀ, ਹਲੇ ਤਾਂ ਇੱਥੇ ਹੀ ਆ। ਅੱਛਾ, ਅਮਰੀਕਾ ਜਾਏ, ਹੁਣ ਹੋਰ ਕੀ ਚਾਹੀਦਾ? ਕੀ ਸੁਣਾਓਗੇ ਸਾਨੂੰ? ਜੋਕ ਸੁਣਾ ਦਾਂਗੇ। ਸੁਣਾਓ ਚੁਟਕਲਾ। ਹਾਂਜੀ, ਵਾਹ ਵਾਹ, ਚੁਟਕਲਾ ਸੁਣਿਓ, ਚੁਟਕਲਾ। ਇੱਕ ਦਿਨ ਇਹਦੀ ਕਲਾਸ ਲੱਗੀ ਹੁੰਦੀ ਆ, ਟੀਚਰਸ ਪੜ੍ਹਾ ਰਹੇ, ਟੀਚਰ ਪੜ੍ਹਾ ਰਹੀ ਹੁੰਦੀ ਆ ਤੇ ਬੱਚੇ ਬੈਠੇ, ਟੀਚਰ ਅੱਗੇ ਪੁੱਛਦੀ ਆ ਪੜ੍ਹਨ ਤੇ ਪੜ੍ਹਾਉਣ ਵਿੱਚ ਕੀ ਫਰਕ ਆ। ਹਾਂਜੀ। ਅੱਗੇ ਉਹ ਬੱਚਾ ਖੜਾ ਹੋ ਕੇ ਕਹਿੰਦਾ, ਮੈਡਮ ਜੀ ਤੁਸੀਂ ਸਾਨੂੰ ਪੜ੍ਹਾ ਰਹੇ ਹੋ, ਇਹ ਗੱਲ ਬਹੁਤ ਸੱਚ ਆ, ਪਰ ਸਾਨੂੰ ਪੂਰਾ ਸਮਝ ਆਉਂਦਾ ਹੈ ਤੁਹਾਡਾ ਬਹੁਤ ਵੱਡਾ ਵਹਿਮ ਆ। ਹਾਂ, ਬਹੁਤ ਵਧੀਆ, ਬਹੁਤ ਵਧੀਆ, ਥੈਂਕ ਯੂ ਸੋ ਮਚ, ਗੋਡ ਬਲੈਸ ਯੂ, ਖੁਸ਼ ਰਹੋ, ਪਰਿਵਾਰ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਹਨੇ ਮੱਥੇ ਜੀ ਮਾਰੀ ਸਿੱਧਾ। ਕੀ ਨਾਂ ਤੁਹਾਡਾ? ਕਸ਼ਿਸ਼ ਵਰਮਾ। ਕਸ਼ਿਸ਼ ਵਰਮਾ, ਓਕੇ। ਤੁਹਾਡਾ ਲਾਈਫ ਦਾ ਐਕਸਲ ਮੂਮੈਂਟ, ਹੈਪੀ ਮੂਮੈਂਟ ਕਿਹੜਾ? ਕੋਈ ਬਹੁਤ ਖੁਸ਼ ਹੋਏ ਹੋ? ਅਗਰ ਹਮ ਦੇਖੇ, ਦੇਖਨੇ ਕਾ ਨਜ਼ਰੀਆ, ਹਰ ਇੱਕ ਮੂਮੈਂਟ ਹੈਪੀ ਹੋਤਾ ਹੈ। ਅੱਛਾ, ਕੌਨ ਸਾ ਹੋਤਾ ਹੈ, ਕਬ ਹੁਆ ਹੈ, ਆਪਕਾ ਕਬ ਥਾ ਹੈਪੀ ਮੂਮੈਂਟ? ਹਰ ਇੱਕ ਪਲ ਮੇਂ ਖੁਸ਼ੀ ਢੂੰਢਣੀ ਹੋਤੀ ਹੈ, ਬਸ ਢੂੰਢਣੀ ਹੋਤੀ ਹੈ। ਅਗਰ ਨਜ਼ਰੀਆ ਹੈ ਦੇਖਨੇ ਕਾ। ਅੱਛਾ, ਕਿੱਧਰ ਹੈ? ਅੱਛਾ, ਚਲੋ ਤੁਸੀਂ ਵੈਸੇ ਖੁਸ਼ ਰਹਿੰਦੇ ਹੋ ਜੀ, ਚਲੋ ਬਹੁਤ ਵਧੀਆ। ਫੈਮਿਲੀ 'ਚ ਕੌਣ ਕੌਣ? ਮੰਮਾ, ਪਾਪਾ, ਭਾਈ। ਓਕੇ ਓਕੇ, ਡੈਡੀ ਕਰਦੇ ਨੇ ਜੀ? ਜੁਵੈਲਰ ਹੈ। ਅੱਛਾ, ਕੁੜੀ ਸੁਨਿਆਰਿਆਂ ਦੀ, ਵਾਹ ਵਾਹ ਵਾਹ, ਠੀਕ ਹੈ ਤੁਹਾਡਾ ਕੰਮ, ਬਿਜ਼ਨਸ ਓਕੇ ਹੈ ਜੀ? ਓਕੇ ਓਕੇ, ਤੁਸੀਂ ਨਹੀਂ ਪਾਇਆ ਨਗ ਨੁਗ ਕੋਈ? ਪਾਇਆ ਪਾਇਆ। ਓਕੇ ਓਕੇ, ਕੀ ਪਾਇਆ? ਰਿੰਗ ਐਂਡ ਬ੍ਰੇਸਲੇਟ। ਰਿੰਗ ਐਂਡ ਬ੍ਰੇਸਲੇਟ, ਓਕੇ। ਕੀ ਸ਼ੌਂਕ ਨੇ ਤੁਹਾਡੇ? ਆਈ ਵੁੱਡ ਲਾਈਕ ਟੂ ਸਿੰਗ ਅ ਸੌਂਗ। ਓਕੇ, ਸੁਣਾਓ ਫਿਰ। ਮਾਏ ਨੀ ਮੇਰੀ ਸ਼ਿਮਲੇ ਦੀ ਰਾਹੇ, ਚੰਬਾ ਕਿਤਨੀ ਖੁਦੂਰ ਹੈ। ਮਾਏ ਨੀ ਮੇਰੀ ਸ਼ਿਮਲੇ ਦੀ ਰਾਹੇ, ਚੰਬਾ ਕਿਤਨੀ ਖੁਦੂਰ ਹੈ। ਚਲੋ ਜੀ, ਸੈਕਿੰਡ ਰਾਊਂਡ ਦਾ ਜਿਹੜਾ ਰਿਜ਼ਲਟ ਸੀਗਾ ਪ੍ਰੋਇਸ ਵੱਲੋਂ, ਜਿਹੜਾ ਡਿਜੀਟਲੀ ਰਾਊਂਡ ਚੱਲ ਰਿਹਾ, ਤੁਸੀਂ ਮਿਸ ਕਾਲ ਕਰੋ ਅਤੇ ਉਹਦੇ ਵਿੱਚੋਂ 5 ਯੂਨੀਕ ਕੋਡ ਦੇ ਜਿਹੜੇ ਆਉਂਦੇ ਨੇ ਉਹਨਾਂ ਵਿੱਚੋਂ ਅਸੀਂ ਛਾਂਟ ਕੇ ਬੱਚਿਆਂ ਨੂੰ ਗਿਫਟ ਐਂਪਰ ਦਿੰਦੇ ਨੇ ਪ੍ਰੋਇਸ ਵਾਲੇ। ਉਹ ਸਾਡਾ ਜਿਹੜਾ ਰਿਜ਼ਲਟ ਹੈਗਾ ਉਹ ਆ ਚੁੱਕਿਆ। ਪ੍ਰੋਇਸ ਟੀਮ ਦੇ ਜਿਹੜੇ ਮੈਂਬਰ ਹੈਗੇ ਨੇ ਉਹ ਇੱਥੇ ਆਉਣਗੇ ਅਤੇ ਵਾਰੋ ਵਾਰੀ ਇਹਨਾਂ ਦਾ ਜਿਹੜਾ ਕੋਡ ਨੰਬਰ ਹੈ ਉਹ ਬੋਲਣ ਅਤੇ ਤੁਸੀਂ ਗਿਫਟ ਐਂਪਰ ਲੈਣਾ ਹੋਵੇ। ਹਾਂਜੀ, ਪ੍ਰੋਇਸ ਕੀ ਤਰਫ ਸੇ ਸੈਕਿੰਡ ਰਾਊਂਡ ਕੇ ਗਿਫਟ ਕੋਡ ਕਾ ਨੰਬਰ ਹੈ 4272। ਸੈਕਿੰਡ ਕੋਡ ਹੈ 12856 254980617। ਪਾਂਚਵਾਂ ਕੋਡ ਹੈ 85822। ਆਪ ਮੇਂ ਸੇ ਕਿਸੀ ਨੇ ਅਗਰ ਮਿਸ ਕਾਲ ਨਹੀਂ ਦੀ ਹੈ ਕੋਡ ਕੇ ਲਈ, ਯੂਨੀਕ ਕੋਡ ਕੇ ਲਈ, ਮੈਂ ਆਪਸੇ ਰਿਕੁਐਸਟ ਕਰਤੀ ਹੂੰ ਕਿ ਪਲੀਜ਼ ਆਪ ਮਿਸ ਕਾਲ ਦੇ ਦੀਜੀਏ, ਤਾਂ ਕਿ ਨੈਕਸਟ ਰਾਊਂਡ ਮੇਂ ਆਪ ਸਭੀ ਕਾ ਨਾਮ ਆ ਜਾਏ, ਤਾਂ ਕਿ ਆਪਕੋ ਗਿਫਟ ਹੈਂਪਰ ਮਿਲੇ ਪ੍ਰੋਇਸ ਕੀ ਤਰਫ ਸੇ। ਥੈਂਕ ਯੂ। ਚਲੋ ਜੀ, ਥਰਡ ਸੈਗਮੈਂਟ ਲਈ ਤੁਸੀਂ ਫਿਰ ਮਿਸ ਕਾਲ ਕਰ ਸਕਦੇ ਹੋ ਦਿੱਤੇ ਹੋਏ ਨੰਬਰ ਦੇ ਉੱਤੇ, ਅਤੇ ਫਿਰ 5
जेडे कोड आऊगा वो पांच बच्चों को गिफ्ट हैंपर देवांगे। तो हुण वक्त है एक छोटे जे ब्रेक का। कंटीन्यू मंडीर इज ब्रॉट टू यू बाय प्रो। इस मिलते हैं जी एक छोटे जे ਚਲੋ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਟੀਨਿਊ ਮੰਡੀਰ ਦੇ ਵਿੱਚ। ਕੰਟੀਨਿਊ ਮੰਡੀਰ ਇਜ਼ ਬ੍ਰੌਟ ਟੂ ਯੂ ਬਾਈ ਪ੍ਰੋ ਇਜ਼। ਅਗਲੇ ਬੱਚੇ ਨਾਲ ਗੱਲਬਾਤ ਕਰਦੇ ਹਾਂ। ਆਓ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਕਿੱਦਾਂ? ਵਧੀਆ। ਮੈਂ ਕਿਹਾ ਸਭ ਚੜ੍ਹਦੀ ਕਲਾ ਜੀ। ਕੀ ਨਾਂ ਤੁਹਾਡਾ? ਮੇਰਾ ਨਾਮ ਨੰਦਨੀ ਹੈ। ਨੰਦਨੀ, ਨੰਦਨੀ ਕਿੱਥੋਂ ਹੈ ਨੰਦਨੀ? ਮੈਂ ਜਲੰਧਰ ਤੋਂ ਹਾਂ। ਕੀ ਸ਼ੌਂਕ ਨੇ ਨੰਦਨੀ ਜੀ? ਮੇਰੇ ਬਹੁਤ ਸਾਰੇ ਸ਼ੌਂਕ ਹੈ। ਮੈਂ ਨੱਚਦੀ ਵੀ ਹਾਂ, ਮੈਂ ਗਾਉਂਦੀ ਵੀ ਹਾਂ। ਅੱਛਾ, ਤੁਸੀਂ ਕੁਝ ਵੀ ਕਰੋ? ਹਾਂਜੀ, ਇੱਕ ਲਾ ਲਓ ਕੰਟੈਸਟ ਹੈ ਹਨਾ ਪ੍ਰੋਇਸ ਵੱਲੋਂ ਕਿ ਤੁਸੀਂ ਇੱਕੋ ਸਾਹ ਦੇ ਵਿੱਚ ਉਹ ਚੀਜ਼ ਕਰਨੀ ਹੈ। ਇੱਕੋ ਸਾਹ ਦੇ ਵਿੱਚ? ਹਾਂਜੀ ਠੀਕ ਆ, ਮੈਂ ਗਾਣਾ ਗਾ ਕੇ ਦਿਖਾਉਂਗੀ ਇੱਕੋ ਸਾਹ ਚ। ਹਾਂਜੀ ਸੱਚੀ, ਜੇ ਸਾਹ ਦੂਜਾ ਆ ਗਿਆ ਫੇਰ ਦੂਜਾ ਸਾਹ ਵੀ ਆਵੇ ਨਾ। ਨਹੀਂ, ਮੈਂ ਗਾ ਲੂੰਗੀ ਇੱਕੋ ਸਾਹ ਚ। ਠੀਕ ਆ। ਉੱਚੀ ਪਾਈ ਮਾਇਨੇ ਨਹੀਂ ਰੱਖਦੀ, ਗੱਲ ਕਦੇ ਕਰੇ ਮੇਰੇ ਹੱਕ ਦੀ, ਮੇਰੇ ਤਾਂ ਕੋਈ ਸੋਹਣੀ ਮਿਲ ਜਾਏ ਉਹਦੇ ਲਈ ਦਿਲ ਤੜਕੇ ਨਾ ਤੇਰਾ ਤਾਂ ਸਾਰੀ ਜਨਤਾ ਦਿਸਦਾ ਤੂਤ। ਕੋਈ ਨਹੀਂ ਕੋਈ ਨਹੀਂ ਕੋਈ ਨਹੀਂ, ਮੇਰੀ ਭੈਣ ਕੋਈ ਨਹੀਂ, ਮੁੜ ਕੇ ਕਿਤੇ ਹਸਪਤਾਲ ਲੈ ਕੇ ਜਾਣਾ ਪਵੇ। ਬਹੁਤ ਵਧੀਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਤਰਲੇ ਵਾਲੀ ਪੱਗ, ਬਹੁਤ ਵਧੀਆ। ਕੀ ਨਾਂ ਤੁਹਾਡਾ? ਅਮਨਦੀਪ ਕੌਰ ਸੰਧੂ। ਅਮਨਦੀਪ ਸਿੰਘ ਸੰਧੂ ਹੈ ਜੀ? ਅਮਨਦੀਪ ਕੌਰ ਸੰਧੂ। ਅਮਨਦੀਪ ਸਿੰਘ ਸੰਧੂ ਲੱਗ ਰਿਹਾ ਇਸ ਟਾਈਮ ਤਾਂ, ਮੁੰਡਾ ਗੱਭਰੂ ਲੱਗ ਰਿਹਾ ਹੈ। ਧੰਨਵਾਦ ਸਰ। ਕਿੱਥੋਂ? ਸਰ ਪਿੰਡ ਧੋਗੜੀ, ਜ਼ਿਲ੍ਹਾ ਜਲੰਧਰ ਤੋਂ। ਓਕੇ, ਪਾਉਣਾ ਭੰਗੜਾ? ਪੂਰਾ ਪੂਰਾ। ਗਾਣੇ ਤੇ? ਨਹੀਂ ਸਰ, ਝੂਮਰ ਕਰਦੇ ਹਾਂ। ਝੂਮਰ ਤੁਹਾਡੇ ਨਾਲ? ਚਲੋ ਬਹੁਤ ਵਧੀਆ। ਹੋਰ ਵੀ ਕਿਸੇ ਨੇ ਕਰਨਾ ਨਾਲ? ਇਕੱਲੀ ਮੈਂ। ਚਲੋ ਦੋਨੋਂ ਕਰਦੇ ਹਾਂ। ਬਹੁਤ ਵਧੀਆ, ਬਹੁਤ ਵਧੀਆ। ਕੁੜੀ ਲਈ ਜ਼ੋਰਦਾਰ ਤਾੜੀਆਂ। ਗੋਡ ਬਲੈਸ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਤੁਹਾਡਾ? ਸਰਬਜੀਤ ਕੌਰ। ਸਰਬਜੀਤ ਕੌਰ? ਹਾਂਜੀ। ਓਕੇ ਓਕੇ। ਤੁਸੀਂ ਕੀ ਪੜ੍ਹਦੇ ਹੋ ਇੱਥੇ? ਐਮਏ ਇੰਗਲਿਸ਼। ਅੱਛਾ, ਹਾਂਜੀ। ਇੰਗਲਿਸ਼? ਹਾਂਜੀ। ਓਹੋ, ਤੁਸੀਂ ਪੜਾਉਣਾ ਹੋਣਾ ਅੱਗੇ ਜਾ ਕੇ? ਹਾਂਜੀ ਹਾਂਜੀ। ਪੋਸਟ ਕਰੋ, ਤੁਸੀਂ ਮੇਰੇ ਮੈਡਮ ਬਣ ਗਏ ਜੀ। ਹਾਂਜੀ। ਤੁਸੀਂ ਮੈਨੂੰ ਪੜਾਉਣਾ? ਹਾਂਜੀ। ਤੁਸੀਂ ਲੱਗ ਗਏ ਜੀ, ਪੋਸਟ ਕਰੋ ਡੀਏਵੀ ਕਾਲਜ ਪੜਾਉਣ ਲੱਗ ਗਏ। ਨਹੀਂ, ਮੈਂ ਇੱਥੇ ਹੀ ਪੜਾਉਂਗੀ। ਫਿਰ ਮੈਂ ਕੁੜੀ ਥੋੜੀ ਆ ਜੀ ਹੁਣ। ਹਾਂਜੀ, ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ। ਚਲੋ ਪੋਸਟ ਕਰੋ। ਚਲੋ ਕੋਇਡ ਚ ਲੱਗ ਗਿਆ ਜੀ। ਹਾਂਜੀ, ਕਿਤੇ ਵੀ ਲੱਗ ਗਿਆ ਇਹ ਜੀ, ਕੋਇਡ ਕਾਲਜ ਹੈ ਜੀ। ਤੇ ਤੁਹਾਨੂੰ ਮੇਰੇ ਡੈਡੀ ਕਹਿ ਕੇ ਗਏ ਨੇ ਵੀ ਇਹ ਬਹੁਤ ਸ਼ਰਾਰਤੀ ਹੈ। ਹਾਂਜੀ। ਤੇ ਮੇਰਾ ਪਹਿਲਾ ਦਿਨ, ਠੀਕ ਹੈ ਜੀ, ਨਵੇਂ ਨਵੇਂ ਬੀਏ ਦੇ ਬੱਚੇ, ਠੀਕ ਹੈ ਜੀ? ਠੀਕ ਹੈ ਜੀ। ਹਾਂਜੀ, ਟਾਈਮ ਦੇਖਿਆ ਤੁਸੀਂ? ਘੜੀ ਲੈ ਕੇ ਨਹੀਂ ਦਿੱਤੀ ਕਰਦੇ ਨੇ? ਤੁਹਾਡੇ ਗੋਟ ਤੇ ਕੀ ਬੰਨਿਆ ਫਿਰ? ਕੀ ਬੰਨਿਆ? ਕਿੱਥੇ ਆ ਜਾਦੂ? ਪਤਾ ਲੱਗਦਾ ਕਿ ਤੁਸੀਂ ਬੀਏ ਦੇ ਹੀ ਬੱਚੇ ਹੋ। ਹਾਂਜੀ, ਬੀਏ ਦੇ ਹਾਂ ਜੀ, 12ਵੀਂ ਕੀਤੀ ਹੁਣੇ ਪਿੰਡੋਂ। ਇੰਟਰੋਡਕਸ਼ਨ, ਇੰਟਰੋਡਕਸ਼ਨ ਦਿਓ ਆਪਣੀ। ਹਾਂਜੀ, ਇੰਟਰੋਡਕਸ਼ਨ। ਅੱਛਾ ਜੀ, ਤੁਹਾਡਾ ਨਾਮ ਕੀ ਹੈ? ਮੇਰਾ ਨਾਮ, ਹਾਂਜੀ, ਰਵਨੀਤ ਹੈ ਜੀ। ਰਵਨੀਤ? ਓਕੇ। ਹਾਂਜੀ, ਯੂ ਆਰ ਹੇਅਰ ਫਰੈਸ਼ਰ? ਫਰੈਸ਼ਰ ਪਾਰਟੀ ਨਹੀਂ, ਲੇਟ ਹੋਣੀ ਕਹਿੰਦੇ। ਤੁਹਾਡਾ ਏਮ ਕੀ ਲਾਈਫ 'ਚ, ਕੀ ਬਣਨਾ ਚਾਹੁੰਦੇ ਹੋ? ਨਹੀਂ ਨਹੀਂ, ਪਿੱਛੋਂ ਆਵਾਜ਼ ਆਈ ਪਾਪਾ ਤੁਹਾਡੀ ਭਲੀ ਹੋ ਜੀ। ਨਹੀਂ, ਇਹ ਨਹੀਂ ਬਣਨਾ ਜੀ, ਹਜੇ ਨਹੀਂ ਬਣਨਾ ਜੀ, ਇਹ ਲੇਟ ਏਮ ਹੈ ਜੀ ਜਿਹੜਾ ਬੋਲੇ ਨੇ। ਕੁਛ ਵੀ ਵਧੀਆ ਅਫਸਰ ਲੱਗਾਂਗੇ ਜੀ। ਅੱਛਾ ਜੀ, ਤੁਸੀਂ ਪੜ੍ਹਦੇ ਨਹੀਂ ਗੇ, ਤੁਹਾਡੇ ਪਾਪਾ ਕਹਿ ਕੇ ਗਏ ਸੀ ਕਿ ਸਟ੍ਰਿਕਟ ਰਹਿਣਾ ਹੈ ਰਵਨੀਤ ਨਾਲ। ਅੱਛਾ ਜੀ। ਹਾਂਜੀ, ਉਹ ਕਦੋਂ ਕਹਿ ਗਏ ਜੀ? ਮੀਟਿੰਗ ਤੇ ਆਏ ਸੀ ਨਾ ਉਹ। ਅੱਛਾ ਜੀ। ਹਾਂਜੀ, ਉਹ ਕਹਿੰਦੇ ਤੁਸੀਂ ਘਰ ਵੀ ਬਹੁਤ ਤੰਗ ਕਰਦੇ ਹੋ, ਸਾਰਾ ਦਿਨ ਬਸ ਆਹੀ ਕੰਮ ਕਰਦੇ ਹੋ, ਸ਼ੀਸ਼ੇ ਅੱਗੇ ਖੜੇ ਹੋ ਕੇ। ਇਹ ਗੱਲ ਸੱਚ ਹੈ ਸ਼ੀਸ਼ੇ ਵਾਲੀ? ਚਲੋ ਬਹੁਤ ਵਧੀਆ, ਬਹੁਤ ਵਧੀਆ। ਕੀ ਸੁਣਾਓਗੇ?
ਤੁਸੀਂ ਜ਼ਰੂਰ ਚੰਗੇ ਟੀਚਰ ਬਣੋ, ਜੋ ਵੀ ਤੁਹਾਡਾ ਏਮ ਹੈ, ਏਮ ਤੁਹਾਡਾ ਟੀਚਰ ਬਣਨਾ ਹੀ ਹੈ। ਜ਼ਰੂਰ ਜ਼ਰੂਰ, ਮੈਨੂੰ ਬਹੁਤ ਵਧੀਆ ਲੱਗਿਆ ਕਿ ਬੱਚਿਆਂ ਦੇ ਚੰਗੇ ਏਮ ਨੇ ਇੱਥੇ। ਇੱਕ ਬੱਚਾ ਪਹਿਲਾਂ ਆਇਆ ਸੀਗਾ IPS ਅਫਸਰ, ਉਹ ਖੜਾ, ਅਤੇ ਤੁਸੀਂ ਪਹਿਲਾਂ ਬੱਚੇ ਆਏ, ਉਹ ਵੀ ਕਹਿੰਦੇ ਟੀਚਰ ਬਣਨਾ, ਬਹੁਤ ਵਧੀਆ। ਅਤੇ ਕੀ ਸੁਣਾਓਗੇ ਸਾਨੂੰ? ਸੌਂਗ ਸੁਣਾ ਦਿਓ, ਸੁਣਾਓ ਜੀ। ਮਿੱਟੀ ਦਾ ਬਾਵਾ ਮੈਂ ਬਣਾਉਣੀਆਂ ਵਿੱਚ ਗਾ ਪਾਉਣੀਆਂ ਤੇ ਉੱਤੇ ਦੇਣੀਆਂ ਖੇਸੀ ਨਾਰੋ ਮਿੱਟੀ ਦਿਆ ਬਾਵੇ ਆਵੇ ਤੇਰਾ ਪਿਓ ਪਰਦੇਸੀ ਮਿੱਟੀ ਦਾ ਬਾਵਾ ਨਹੀਂ ਉਹ ਬੋਲਦਾ ਏ ਦਿਲ ਫੋਲਦਾ ਤੇ ਨਹੀਂ ਭਰਦਾ ਹੁੰਗਾਰਾ ਨਾਰੋ ਮਿੱਟੀ ਦਿਆ ਬਾਵੇ ਆਵੇ ਤੇਰਾ ਪਿਓ ਬਣ ਜਾਰਾ। ਕਿਆ ਬਾਤ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਸਰ, ਮੇਰਾ ਨਾਮ ਸਿਮਰਨ ਆ, ਮੈਂ ਯੂਪੀ ਤੋਂ ਆ। ਪੁੱਛਣ ਤੇ ਦੋ ਸਿਮਰਨ ਜੀ ਯੂਪੀ ਤੋਂ, ਵਾਹ ਜੀ ਵਾਹ ਵਾਹ। ਇੱਥੇ ਫਿਰ ਹੋਸਟਲ? ਹਾਂਜੀ ਸਰ। ਕਿਹੜਾ ਕਿਹੜਾ ਕੀ ਪੜ੍ਹਦੇ ਹੋ? ਮੈਂ ਸਰ ਨਿਊਟ੍ਰੀਸ਼ਨ ਕਰ ਰਹੀ ਹਾਂ, ਬੀ ਵੋਕ ਨਿਊਟ੍ਰੀਸ਼ਨ। ਅੱਛਾ, ਉਹ 'ਚ ਕੀ ਹੁੰਦਾ? ਉਹ 'ਚ ਡਾਇਟੀਸ਼ੀਅਨ। ਅੱਛਾ, ਹਾਂਜੀ। ਤੁਹਾਡਾ ਐਂ ਕਿਵੇਂ ਫਿੱਟ ਰਹਿਣਾ? ਹਾਂਜੀ, ਬਹੁਤ ਵਧੀਆ। ਪਰਿਵਾਰ 'ਚ ਕੌਣ ਕੌਣ? ਮੰਮਾ, ਪਾਪਾ, ਵੀਰਾ, ਸਿਸਟਰ, ਦਾਦੀ ਮੰਮਾ, ਮੈਂ। ਚਲੋ, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਥੈਂਕ ਯੂ ਸਰ। ਨਹੀਂ ਕਹੋ ਨਾ ਮੰਮਾ, ਰਵਨੀਤ ਤੁਹਾਨੂੰ ਸਤਿ ਸ਼੍ਰੀ ਅਕਾਲ ਕਰ ਰਹੇ ਨੇ। ਕਰ ਰਹੇ ਨੇ, ਤੁਸੀਂ ਕਰੋ ਨਾ ਸਤਿ ਸ਼੍ਰੀ ਅਕਾਲ ਘਰਦਿਆਂ ਨੂੰ। ਸਤਿ ਸ਼੍ਰੀ ਅਕਾਲ ਮੰਮਾ, ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਛਾ, ਤੁਹਾਡੇ ਨਾਲ ਮੈਂ ਉਹੀ ਗੇਮ, ਤੁਸੀਂ ਵੀ ਇੱਕੋ ਸਾਹ ਦੇ ਵਿੱਚ। ਓਕੇ ਸਰ, ਮੈਂ ਟੰਗ ਟਵਿਸਟਰ। ਟੰਗ ਟਵਿਸਟਰ? ਹਾਂਜੀ। ਅੱਛਾ ਚਲੋ, ਚੰਦੂ ਕੇ ਚਾਚਾ ਨੇ ਚੰਦੂ ਕੀ ਚਾਚੀ ਕੋ ਚਾਂਦੀ ਕੀ ਚਮਚ ਸੇ ਚਟਨੀ ਚਟਾਈ। ਇੱਕੋ ਸਾਜ ਬੋਲਣਾ ਹੈ? ਹਾਂਜੀ, ਚੰਦੂ ਕੇ ਚਾਚਾ ਨੇ ਚੰਦੂ ਕੀ ਚਾਚੀ ਕੋ ਚਾਂਦੀ ਕੀ ਚਮਚ ਸੇ ਚਟਨੀ ਚਟਾਈ। ਚੰਦੂ ਕੇ ਚਾਚਾ ਨੇ ਚੰਦੂ ਕੀ ਚਾਚੀ ਕੋ ਚਾਂਦੀ ਕੀ ਚਮਚ ਸੇ ਚਟਨੀ ਚਟਾਈ। ਚੰਦੂ ਕੇ ਚਾਚਾ ਨੇ ਚੰਦੂ ਕੀ ਚਾਚੀ ਕੋ ਚਾਂਦੀ ਕੀ ਚਮਚ ਸੇ ਚਟਨੀ ਚਟਾਈ। ਇੱਕ ਮਿੰਟ ਸਰ, ਚਟਨੀ ਚਟਾਈ ਸਰ, ਤੁਸੀਂ ਸਾਰਿਆਂ ਤੋਂ ਕਰਾਉਂਦੇ ਹੋ, ਮੈਂ ਚਾਹੁੰਦੀ ਹਾਂ ਤੁਸੀਂ ਵੀ ਰਿਪੀਟ ਕਰੋ। ਮੈਂ ਬੋਲਣਾ ਕੀ ਹੈ? ਚੰਦੂ ਕੇ ਚਾਚਾ ਨੇ ਚੰਦੂ ਕੀ ਚਾਚੀ ਕੋ ਚਾਂਦੀ ਕੀ ਚਮਚ ਸੇ ਚਟਨੀ ਚਟਾਈ। ਚੰਦੂ ਕੇ ਚਾਚਾ ਨੇ ਚੰਦੂ ਕੀ ਚਾਚੀ ਕੋ ਸਰ, ਤੁਸੀਂ 5 ਟਾਈਮ ਰਿਪੀਟ ਕਰੋ। ਚੰਦੂ ਕੇ ਚਾਚਾ ਨੇ ਚੰਦੂ ਕੀ ਚਾਚੀ ਕੋ ਚਾਂਦੀ ਚਮਚ ਸੇ ਚਟਨੀ ਚਟਾਈ। ਚੰਦੂ ਕੇ ਅਰਵਿੰਦਰ ਕੌਰ, ਤੁਹਾਡੇ ਕੀ ਸ਼ੌਂਕ ਨੇ ਜੀ? ਸ਼ੌਂਕ ਮੇਰੇ ਪੜ੍ਹਨਾ, ਮੈਂ ਨੋਵਲ ਪੜ੍ਹਨੇ ਬਹੁਤ ਪਸੰਦ ਆ। ਵਾਹ ਵਾਹ, ਕਿਹੜਾ ਪੜ੍ਹ, ਕਿਹਦਾ, ਪੰਜਾਬੀ 'ਚ ਕਿ ਇੰਗਲਿਸ਼? ਇੰਗਲਿਸ਼ 'ਚ। ਕਿਹੜਾ ਪੜ੍ਹਿਆ? ਦ ਗਾਈਡ ਬਾਏ ਆਰ ਕੇ ਨਰਾਇਣ। ਦਾ ਗਾਈਡ? ਦ ਗਾਈਡ ਵਧੀਆ ਨੋਵਲ ਆ ਉਹ। ਹਾਂਜੀ, ਉਹ 'ਚ ਬਹੁਤ ਕੁਝ ਸਿੱਖਣ ਨੂੰ। ਤੁਸੀਂ ਵੀ ਪੜ੍ਹਿਆ? ਹਾਂਜੀ, ਬਹੁਤ ਕੁਝ ਸਿੱਖਣ ਨੂੰ ਮਿਲਦਾ ਉਹ 'ਚ। ਹਾਂਜੀ ਹਾਂਜੀ, ਮੈਂ ਜਦੋਂ ਵੀ ਪੜ੍ਹਿਆ ਨਾ, ਬਹੁਤ ਕੁਝ ਸਿੱਖਿਆ। ਹਾਂਜੀ ਹਾਂਜੀ, ਕਾਫੀ ਇੰਟਰਸਟਿੰਗ ਹੈ। ਹਾਂਜੀ ਹਾਂਜੀ ਹਾਂਜੀ, ਤੁਹਾਡੇ ਲਈ ਇੱਕ ਟੰਗ ਟਵਿਸਟਰ ਹੈ ਮੇਰੇ ਲਈ। ਹਾਂਜੀ ਹਾਂਜੀ, ਤੁਸੀਂ 5 ਵਾਰੀ ਬੋਲਿਓ ਉਹਨੂੰ। ਪ੍ਰੋ ਇਜ਼ ਗੋ ਐਕਸਲ, ਗੋ ਫੋਰ ਪ੍ਰੋ ਇਜ਼ ਐਕਸਲ। ਪ੍ਰੋ ਇਜ਼ ਗੋ ਐਕਸਲ, ਗੋ ਫੋਰ ਪ੍ਰੋ ਇਜ਼ ਐਕਸਲ। ਪ੍ਰੋ ਇਜ਼ ਗੋ ਐਕਸਲ, ਗੋ ਫੋਰ ਪ੍ਰੋ ਇਜ਼ ਐਕਸਲ, ਇਦਾਂ ਹੀ ਹੈ ਨਾ? ਹਾਂਜੀ ਹਾਂਜੀ। ਹੁਣ ਤੁਸੀਂ ਬੋਲੋ। ਪ੍ਰੋ ਇਜ਼ ਗੋ ਐਕਸਲ, ਗੋ ਫੋਰ ਪ੍ਰੋ ਇਜ਼ ਐਕਸਲ। ਪ੍ਰੋ ਇਜ਼ ਗੋ ਐਕਸਲ, ਗੋ ਫੋਰ ਪ੍ਰੋ ਇਜ਼ ਐਕਸਲ। ਪ੍ਰੋ ਇਜ਼ ਗੋ ਐਕਸਲ, ਗੋ ਫੋਰ ਪ੍ਰੋ ਇਜ਼ ਐਕਸਲ। ਗੋ ਗੋ ਗੋ। ਚਲੋ, ਫਿਰ ਵੀ ਤਾੜੀਆਂ, ਫਿਰ ਵੀ ਤਾੜੀਆਂ। ਕੀ ਸੁਣਾਓਗੇ ਸਾਨੂੰ ਹੋਰ ਗਾਣਾ? ਚਲੋ, ਗੋਡ ਬਲੈਸ ਯੂ, ਖੁਸ਼ ਰਹੋ, ਤੰਦਰੁਸਤ ਰਹੋ, ਸਟੇ ਹੈਲਦੀ, ਸਟੇ ਫਿਟ। ਧੰਨਵਾਦ। ਚਲੋ ਜੀ, ਤੀਜੇ ਸੈਗਮੈਂਟ ਦੇ ਵਿੱਚ, ਤੀਜੇ ਰਾਊਂਡ ਦੇ ਜਿਹੜੇ ਅਸੀਂ ਉਹ ਨੰਬਰ ਨਿਕਲਦਾ ਐਕਸਲ ਦੇ ਵੱਲੋਂ, ਜਿਹੜੇ ਮਿਸ ਕਾਲਸ ਗਈਆਂ ਬੱਚਿਆਂ ਦੇ ਵੱਲੋਂ, ਉਹਦੇ ਵਿੱਚ ਜਿਹੜੇ ਲੱਕੀ 5 ਵਿਨਰਸ ਹੈਗੇ ਨੇ ਉਹ ਅਸੀਂ ਅਨਾਊਂਸ ਕਰਨ ਲੱਗੇ ਹਾਂ। ਸੋ ਪ੍ਰੋਇਜ਼ ਦੀ ਟੀਮ ਇੱਕ ਵਾਰੀ ਫਿਰ ਤੋਂ, ਮੈਡਮ ਆਏ ਹੋਏ ਨੇ। ਮੈਡਮ ਜੀ ਬੋਲੋ ਨੰਬਰ। ਥਰਡ ਰਾਊਂਡ ਕੇ ਯੂਨੀਕ ਕੋਡਸ ਹੈ 4 6 8 1 4 5 5 4 ਆਓ ਜੀ, ਆਓ 5 5 4 ਆ ਜਾਓ, ਆ ਜਾਓ, ਆ ਜਾਓ, ਆ ਜਾਓ, ਆ ਜਾਓ। ਥਰਡ ਹੈ 5 4 2 0 2 5 4 2 0 2 ਫੋਰਥ ਕੋਡ ਹੈ 9 9 4 9 9 5 9 4 ਫਿਫਥ ਕੋਡ ਹੈ 2 2 5 1 2 2 5 1 ਯੇ ਹੈ ਪ੍ਰੋਇਜ਼ ਗੋ ਐਕਸਲ ਰੈਗੂਲਰ ਸੇ ਜ਼ਿਆਦਾ। ਪ੍ਰੋਇਜ਼ ਗੋ ਐਕਸਲ ਰੈਗੂਲਰ ਪੈਡ ਕੇ ਮੁਕਾਬਲੇ 50 mm ਜ਼ਿਆਦਾ ਬੜਾ ਹੈ, 90% ਤੱਕ ਜ਼ਿਆਦਾ ਸੋਖਦਾ ਹੈ, ਜੋ ਕਿ ਆਪਕੋ ਮਾਰਕੀਟ ਮੇ 25 rupees ਕੇ 6 pads ਮਿਲ ਜਾਏਗੇ। ਥੈਂਕ ਯੂ। ਚਲੋ ਜੀ, ਹੁਣ ਇੱਥੋਂ ਦੇ ਬੱਚੇ ਪਰਫਾਰਮ ਕਰਨਗੇ ਜਿੰਦੂਆ, ਜ਼ੋਰਦਾਰ ਤਾੜੀਆਂ ਜੀ।
ਬਹੁਤ ਵਧੀਆ ਲੱਗਿਆ। ਜਲੰਧਰ ਦੇ ਵਿੱਚ ਅਗਲੇ ਹਫ਼ਤੇ ਹੋਰ ਕਾਲਜ ਦੇ ਵਿੱਚ ਮਿਲਾਂਗੇ। ਕੀ ਪਹੁੰਚੀ ਕੰਟੀਨਿਊ ਮੰਡੀਰ ਸ਼ੋਅ ਨੂੰ ਪਿਆਰ ਕਰਦੇ ਰਹੋ। ਅੱਜ ਸਾਡਾ ਸਪੈਸ਼ਲ ਐਪੀਸੋਡ ਸੀਗਾ ਕੰਟੀਨਿਊ ਮੰਡੀਰ ਇਜ਼ ਬ੍ਰੌਟ ਟੂ ਬਾਏ ਪ੍ਰੋ ਇਜ਼। ਅਗਲੇ ਹਫ਼ਤੇ ਫਿਰ ਮਿਲਾਂਗੇ। ਟਿਲ ਦੈਨ ਰੱਬ ਰੱਖਾ ਰਵਨੀਤ ਵੱਲੋਂ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਨੀਤ। ਥੈਂਕ ਯੂ ਸੋ ਮਚ, ਤੁਸੀਂ ਸ਼ੋਅ ਨੂੰ ਇੰਨਾ ਪਿਆਰ ਕਰਦੇ ਹੋ। ਨਾਲ ਦੇ ਨਾਲ MHONE ਕੰਟੀਨਿਊ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ, ਨਾਲੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਅਗਲੇ ਸ਼ੋਅਜ਼ ਦੀਆਂ ਜਿਹੜੀਆਂ ਨੋਟੀਫਿਕੇਸ਼ਨ ਹੈਗੀਆਂ ਉਹ ਤੁਹਾਨੂੰ ਮਿਲ ਜਾਣ। ਸਤਿ ਸ਼੍ਰੀ ਅਕਾਲ ਜੀ।